ਸਿਮੇਨ ਇਸ ਵੀਡੀਓ ਦੇ ਵਿੱਚ 36 ਚੋਂ ਇਸ ਸਲਵਾਰ ਦੀ ਲੰਬਾਈ ਕਿਹਨਾ 36 ਇੰਚ ਆ ਉਹਦੇ ਚ ਮੈਂ 5.5 ਇੰਚ 벨ਟ ਦਾ ਕੱਢ ਕੇ 31 ਦਾ ਪਲੇਖਾ ਲੱਗ ਗਿਆ ਮੈਨੂੰ 31 ਕਿਹਾ 30.5 ਹੁੰਦਾ 5.5 ਕੱਢੇ 30.5 ਹੁੰਦਾ 30.5 ਦੇ ਵਿੱਚ ਆਪਾਂ ਨੇ ਫਿਰ ਮੂਰੀ ਤੋਂ ਲੈ ਕੇ ਬਲਾਂ ਤੱਕ ਦੀ ਲੰਬਾਈ ਵਿੱਚ 1.5 ਇੰਚ ਪਲੱਸ ਕਰਕੇ 32 ਇੰਚ ਲੰਬਾਈ ਲੈਣੀ ਆ 10 ਇੰਚ ਹਸਣ ਲੈਣਾ ਤੇ ਮੈਂ ਇਸ ਵੀਡੀਓ ਦੇ ਵਿੱਚ 31 ਦੀ ਕਟਿੰਗ ਕਰੀ ਗਈਆਂ ਉਹ ਮੇਤੋ ਗਲਤੀ ਹੋ ਗਈ ਮੈਨੂੰ ਮਾਫ ਕਰਨਾ ਤੇ ਹੁਣ ਤੁਸੀਂ ਵੀਡੀਓ ਦੇਖੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਦਾ ਕਮੈਂਟ ਆਇਆ ਸੀ ਕਿ ਸਾਢੇ 4 ਮੀਟਰ ਕਪੜਾ 40 ਮੀਟਰ ਕਮੀਜ਼ ਦੀ ਲੰਬਾਈ 18 ਇੰਚ ਹੈਪ 18 ਇੰਚ ਘੇਰਾ 17 ਇੰਚ ਛਾਤੀ 15 ਇੰਚ ਬਾਜੂ 36 ਇੰਚ ਸਲਵਾਰ ਦੀ ਲੰਬਾਈ ਤੇ 20 ਇੰਚ 벨ਟ 6 ਇੰਚ ਮੂਰੀ ਇਹ ਨਾਪ ਆ ਇਸ ਹਿਸਾਬ ਦੇ ਨਾਲ ਆਪਾਂ ਨੇ ਸਾਢੇ 4 ਮੀਟਰ ਦੇ ਵਿੱਚ ਆਪਾਂ ਨੇ ਸਾਰੇ ਸੂਟ ਦੀ ਕਟਿੰਗ ਕਰਕੇ ਦੱਸਣਾ ਵਾ ਤੇ ਹੁਣ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਦੀਦੀ ਵੀ ਆਪਣਾ ਆਲਓਵਰ ਸੂਟ ਚੱਕ ਲੈਣ ਜਿਹੜਾ ਵੀ 4.5 ਮੀਟਰ ਕਪੜਾ ਵਾ ਤੇ ਹੁਣ ਉਹ ਐਸ ਲੋਟ ਵਿਛਾ ਲੈਣ ਨੂੰ ਤੇ ਦੀ ਨੂੰ ਆਪਾਂ ਨੇ ਆਪ ਕਟਿੰਗ ਕਰਾਉਣੀ ਆ ਹੁਣ ਤੇ ਕੋਈ ਵੀ ਕਬਰਾਉਣ ਦੀ ਦੀਦੀ ਕਹਿੰਸੀ ਪਹਿਲੀ ਵਾਰ ਕਟਿੰਗ ਕਰਨੀ ਆ ਕੋਈ ਕਬਰਾਉਣ ਦੀ ਲੋੜ ਨਹੀਂ ਬਸ ਸਿੱਧਾ ਐਦਾਂ ਕਪੜਾ ਵਿਛਾ ਲਓ ਐਦਾਂ ਵਿਛਾ ਲਿਆ ਤੇ ਦੀਦੀ ਦਾ ਉਹ ਵਾਲੀ ਕੰਨੀ ਤੋਂ ਲੈ ਕੇ ਆ ਇੱਥੇ ਤੱਕ ਇਹ ਇੱਥੇ ਤੱਕ 45 ਇੰਚ ਪਨਮ ਇਹਦਾ ਸੂਟ ਦਾ ਆ ਦੇਖੋ ਦੀਦੀ ਦਾ ਇਦਾਂ ਹੈਗਾ 45 ਇੰਚ ਮੇਰੇ ਕੋਲ ਹੁਣ ਹੈਗਾ ਇਹ ਪਨਾ ਸੂਟ ਦਾ ਤੇ ਪਹਿਲਾਂ ਮੈਂ 45 ਇੰਚ ਪਨੇ ਦੀ ਹੋਈ ਡੀਕ ਕਰ ਰਹੀ ਸੀ ਕਿ ਉਹ ਸੂਟ ਦੀ ਕਟਿੰਗ ਕਰੂੰਗੀ ਤੇ ਇਹ ਮੇਰੇ ਕੋਲੇ 41 ਇੰਚ ਆਹੀ ਪੂਰਾ ਫੋਲਡ ਕਰਕੇ 20.5 ਇੰਚ ਤੇ ਇਹ ਮੇਰੇ ਕੋ ਕਪੜਾ ਵਾ ਤੇ ਇਹ ਹੈਗਾ 41 ਇੰਚ ਪਨਾ ਤੇ ਦੀਦੀ ਕੋਲ ਹੈਗਾ 45 ਇੰਚ ਮੇਰੇ ਨਾਲੋਂ 4 ਇੰਚ ਦੀਦੀ ਕੋਲ ਕਪੜਾ ਵੱਧਦਾ ਚੜਾਈ ਦੇ ਵਿੱਚ ਇਧਰ ਨੂੰ ਪਨੇ ਚ ਨੂੰ ਠੀਕ ਹੈ ਤੇ ਹੁਣ ਆਪਾਂ ਨੇ ਕਟਿੰਗ ਕਰਨੀ ਆ ਤੇ ਉਸ ਹਿਸਾਬ ਨਾਲ ਹੀ ਦੱਸੂਗੀ ਮੈਂ ਦੀਦੀ ਨੂੰ ਵੀ ਕਿੰਨਾ ਜਿਹੜਾ 4 ਇੰਚ ਵੱਧ ਆ ਉਸ ਹਿਸਾਬ ਨਾਲ ਹੀ ਕਟਿੰਗ ਕਰਕੇ ਦੱਸੂਗੀ ਸਾਰੀ ਤੇ ਇਦਾਂ ਹੁਣ ਇਦਾਂ ਵਿਛਾ ਲੈਣਾ ਠੀਕ ਆ ਵਿਛਾ ਕੇ ਹੁਣ ਸਭ ਤੋਂ ਪਹਿਲਾਂ ਤੇ ਆਪਣੀ ਲੰਬਾਈ ਦੇਖਣੀ ਆ ਜਿਹੜੀ ਕਮੀਜ਼ ਦੀ ਲੰਬਾਈ ਹੈਗੀ 40 ਇੰਚ ਤਿਆਰ ਹੁਣ ਆਹ ਕੰਨੀ ਤੋਂ ਲੈ ਕੇ ਇੱਥੋਂ ਬਿਲਕੁਲ ਪਹਿਲਾਂ ਆਪਾਂ ਨੇ ਕਾਣ ਕਰ ਦੇਣੀ ਆ ਇੱਥੋਂ ਕੱਪੜਾ ਆਪਣਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਇੱਥੋਂ ਬਿਲਕੁਲ ਸਿੱਧਾ ਕਰ ਲੈਣਾ ਕਾਣ ਕਰ ਦੇਣੀ ਆ ਤੇ ਫੇਰ ਹੁਣ ਆਪਾਂ ਨੇ ਇੱਥੋਂ ਤੇ ਲੈ ਕੇ ਐਨ ਪੂਰੀ 40 ਇੰਚ ਤਿਆਰ ਆ 3 ਇੰਚ ਪਾਉਦੇ ਚ ਪਲੱਸ ਕਰਾਂਗੇ 43 ਇੰਚ ਲੰਬਾਈ ਦੀ ਨਿਸ਼ਾਨੀ ਲਾ ਲੈਣੀ ਆ ਆ ਦੇਖੋ ਇਦਾਂ ਇੰਚੀ ਟੇਪ ਰੱਖ ਲਓ ਇੱਥੋਂ ਤੇ ਰੱਖ ਕੇ ਸਿੱਧਾ ਮਣਕੇ ਪੂਰਾ ਦੋਨੇ ਥਾਂ ਮਣ ਲੈਣਾ ਮੈਂ ਇੱਕ ਹੱਥ ਨਾਲ ਲਾ ਰਹੀ ਹਾਂ ਤੁਸੀਂ ਦੋ ਮਣਕੇ ਪੂਰਾ 43 ਇੰਚ ਜਿੱਥੇ ਪੂਰਾ ਮਣਕੇ 43 ਇੰਚ ਇਦਾਂ ਲਾ ਕੇ ਇਹਦੇ ਤੇ ਨਿਸ਼ਾਨੀ ਲਾ ਲੈਣੀ ਆ ਇਦਾਂ ਲਾ ਲਓ ਤੁਸੀਂ ਵੀ ਆਪਦੇ ਸੂਟ ਦੇ ਬਿਲਕੁਲ ਵੀ ਘਬਰਾਉਣਾ ਨਹੀਂ ਵਸ ਸਿੱਧਾ ਇਦਾਂ ਕੱਪੜੇ ਨੂੰ ਵਿਛਾਓ ਸਿੱਧਾ ਪਾਸਾ ਵਿਛਾ ਲਓ ਤੇ ਇਦਾਂ ਕਰਕੇ 3 ਇੰਚ 40 ਦੇ ਵਿੱਚ 3 ਇੰਚ ਪਲੱਸ ਕਰਕੇ ਆ 41 42 43 2.5 ਇੰਚ ਪਲੇਟ ਚ ਮੋੜਾਂਗੇ ਤੇ ਅੱਧਾ ਇੰਚ ਆਪਣਾ ਉੱਪਰ ਆ ਜਾਊਗਾ ਤੇ ਹੁਣ ਆਪਣਾ ਪੂਰਾ 43 ਇੰਚ ਰੱਖ ਕੇ ਕਟਿੰਗ ਕਰ ਲਓ ਉੱਪਰੋਂ ਜੇਕਰ ਕਾਣ ਕੱਢੀ ਹੋਈ ਆਪਣੀ ਸਾਰੀ ਤੇ ਜੇਕਰ ਕਾਣ ਨਹੀਂ ਕੱਢੀ ਹੁੰਦੀ ਤੇ ਆਪਾਂ ਉਦਾਂ ਹੀ ਮੰਨ ਰਹੇ ਹਾਂ ਤਾਂ ਪਹਿਲਾਂ ਹੀ ਆਪਾਂ ਕਟਿੰਗ ਨਹੀਂ ਕਰਨੀ ਹੈਗੀ ਆਪਾਂ ਦੁਬਾਰੇ ਫੇਰ ਮਿਲਾਂਗੇ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਫਿਰ ਕਾਣ ਕੱਢੀ ਜਾਂਦੀ ਆ ਉਹ ਤਾਂ ਹੀ ਆਪਾਂ ਜਦੋਂ ਫੋਲਡ ਕਰਾਂਗੇ ਫੇਰ ਆਪਾਂ ਪੂਰੀ ਮੈਂ ਕਾਣ ਦੇ ਹਿਸਾਬ ਨਾਲ ਤੁਹਾਨੂੰ ਸਾਰਾ ਦੱਸੂਗੀ ਤੇ ਆ ਦੇਖੋ ਪਹਿਲਾਂ ਤੁਸੀਂ ਇੱਥੇ 43 ਇੰਚ ਲਾ ਲਓ ਠੀਕ ਆ ਲਾ ਲਈ ਤੇ ਹੁਣ ਇਸੇ ਨਿਸ਼ਾਨੀ ਤੋਂ ਇਦਾਂ ਕਰਕੇ ਵਿੱਚ ਸਿੱਧਾ ਕਰ ਲਓ ਤੇ ਬਾਹਰ ਪੁੱਠਾ ਇਦਾਂ ਕਰਕੇ ਆਪਾਂ ਨੇ ਕੱਪੜਾ ਪੁੱਠਾ ਕਰ ਲੈਣਾ ਇਸੇ ਨਿਸ਼ਾਨੀ ਤੋਂ ਫੜ ਕੇ ਇਸੇ ਤੋਂ ਹੀ ਆ ਦੇਖੋ ਇਦਾਂ ਉਸੇ ਨਿਸ਼ਾਨੀ ਤੋਂ ਫੜ ਕੇ ਪਣਿਆ ਕੱਪੜਾ ਫੋਲਡ ਕਰਕੇ ਇਦਾਂ ਰੱਖ ਲਿਆ ਠੀਕ ਆ ਇਦਾਂ ਰੱਖ ਕੇ ਆਪਦੀ ਹੁਣ ਪੂਰੀ ਹੁਣ ਦੁਵਾਰੇ ਇੱਥੋਂ ਤੇ ਰੱਖ ਕੇ ਉਹ ਕੰਨੀ ਤੋਂ ਲੈ ਕੇ ਫੇਰ ਦੁਵਾਰੇ ਕੰਨੀ ਤੋਂ ਲੈ ਕੇ ਨਾ ਇਧਰੋਂ ਪੂਰੀ ਆਪਾਂ ਆਪਦੀ ਲੰਬਾਈ ਮੈਣ ਲੈਣੀ ਆ ਵੀ ਪੂਰੀ 43 ਇੰਚ ਹੈਗੀ ਆ ਫੇਰ ਆਪਾਂ ਨੇ ਉਧਰਲੀ ਕੰਨੀ ਤੋਂ ਵੀ ਪੂਰੀ 43 ਇੰਚ ਹੈਗੀ ਆ ਪੂਰੀ ਸਿੱਧੀ ਜਿਹੜੀ ਕਾਣ ਹੋਊ ਆਪਾਂ ਨੇ ਉਹ ਕੱਢ ਦੇਣੀ ਆ ਪਹਿਲਾਂ ਹੀ ਪਹਿਲਾਂ ਹੀ ਵਧਾ ਘਟਾ ਲਓ ਆਪਦਾ ਜੇਕਰ ਆਪਾਂ ਪਹਿਲਾਂ ਹੀ ਕਾਣ ਨੂੰ ਕੱਢ ਕੇ ਪੂਰਾ 43 ਇੰਚ ਰੱਖਣਾ ਕਪੜਾ ਠੀਕ ਆ ਤੇ ਹੁਣ ਆ ਦੇਖੋ ਜੇਪਣੇ ਜਦੋਂ ਦੋਨੇ ਪਾਸਿਓ ਇਦਾਂ ਇਹ ਜਿੱਥੇ ਤੱਕ ਇੱਥੇ 43 ਇੰਚ ਆਉਂਦਾ ਇੱਥੇ ਤੱਕ ਲਾ ਲਓ ਉਧਰੋਂ ਜਿੱਥੇ ਤੱਕ 43 ਇੰਚ ਆਉਂਦਾ ਉਥੇ ਤੱਕ ਲਾ ਕੇ ਆਪਾਂ ਨੇ ਕੱਪੜਾ ਬਿਲਕੁਲ ਸਿੱਧਾ ਕਰਕੇ ਰੱਖ ਲਿਆ ਠੀਕ ਆ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਆਪਦਾ 43 ਇੰਚ ਕੱਪੜਾ ਕਰਕੇ ਆਪਾਂ ਨੇ ਇਹਨੂੰ ਪੂਰਾ ਕਟਿੰਗ ਕਰ ਲੈਣੀ ਆ ਠੀਕ ਆ ਇਦਾਂ ਦੋਨੇ ਪੱਲੇ ਆ ਦੀ ਫੋਲਡ ਕਰ ਲੇ ਇੱਕ ਫਰੰਟ ਦਾ ਇੱਕ ਬੈਕ ਦਾ ਤੇ ਹੁਣ ਆਪਾਂ ਨੇ 3 ਇੰਚ ਪਲੱਸ ਕਰਕੇ ਲੰਬਾਈ ਪੂਰੀ ਕਰਕੇ ਆਪਾਂ ਨੇ ਇਹਨੂੰ ਇੱਥੋਂ ਆਪਦਾ ਕੱਪੜਾ ਪੂਰਾ ਹੀ ਕਟਿੰਗ ਕਰਕੇ ਰੱਖ ਲਓ ਇੱਥੇ ਤੱਕ ਇੱਦਾਂ ਨਹੀਂ ਵੀ ਆਪਾਂ ਕੱਲੇ ਘੇਰੇ ਜਿੰਨਾ ਹੀ ਕਰਨਾ ਵਾ ਪੂਰਾ ਹੀ ਕਟਿੰਗ ਕਰ ਲੈਣਾ ਇੱਥੇ ਤੱਕ ਆ ਦੇ ਕਿਉਂਕਿ ਜਿਹੜਾ ਆਪਾਂ ਇਹਦੇ ਨਾਲੋਂ ਇੱਥੇ ਤੱਕ ਕਟਿੰਗ ਕਰਾਂਗੇ ਫਿਰ ਇਹਦੇ ਨਾਲ ਦੇ ਆਪਾਂ ਪੱਟ ਪਾਵਾਂਗੇ ਠੀਕ ਆ ਤੇ ਹੁਣ ਆਪਾਂ ਨੇ ਦੇਖੋ ਲੰਬਾਈ ਪੂਰੀ ਕਰ ਲਈ ਸਭ ਤੋਂ ਪਹਿਲਾਂ 43 ਇੰਚ ਲੰਬਾਈ ਪੂਰੀ ਕਰਕੇ ਕੱਪੜਾ ਫੋਲਡ ਕਰਕੇ ਰੱਖ ਲਿਆ ਇੱਦਾਂ ਹੁਣ ਤੁਸੀਂ ਵੀ ਰੱਖ ਲਓ ਹੁਣ ਇਸ ਤੋਂ ਅੱਗੇ ਕੀ ਕਰਨਾ ਹੁਣ ਆਪਣਾ ਹੈਗਾ ਹੈਪ ਆਹ ਵਾਲੇ ਹੁਣ ਹੁਣ ਆਪਾਂ ਨੇ ਹੈਪ ਘੇਰਾ ਛਾਤੀ ਕਮਰ ਇਹ ਆਪਾਂ ਸਾਰਾ ਕੁਝ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਦੇਖ ਲੈਣਾ ਛਾਤੀ, ਘੇਰਾ, हिਪ। ਕਮਰ ਤਾਂ ਘੱਟੀ ਹੁੰਦੀ ਹੈ ਹਮੇਸ਼ਾ ਹੀ ਆਪਣੀ ਤੇ ਛਾਤੀ, ਘੇਰਾ, हिਪ ਤਿੰਨਾਂ ਦੇ ਵਿੱਚੋਂ ਜਿਹੜੀ ਚੀਜ਼ ਜ਼ਿਆਦਾ ਵਾ ਉਹ ਚੀਜ਼ ਲੈ ਕੇ ਆਪਾਂ ਉਹ 'ਚ 3 ਪਲੱਸ ਕਰਨਾ। ਹੁਣ हिਪ ਤੇ ਘੇਰਾ 18 18 ਇੰਚ ਆ। ਠੀਕ ਆ? ਹੁਣ ਆਪਾਂ 18 ਦੇ ਵਿੱਚ 3 ਪਲੱਸ ਕਰਨਾ ਵਾ। ਹੁਣ ਦੇਖੋ ਪਹਿਲਾਂ ਆਪਣੀ ਲੰਬਾਈ 3 ਪਲੱਸ ਕਰਕੇ ਪੂਰੀ ਹੋ ਗਈ 40 ਦੇ ਵਿੱਚ। 3 ਪਲੱਸ ਕਰਕੇ 43 ਇੰਚ ਕਰਕੇ ਆਪਾਂ ਨੇ ਆਪਦਾ ਕੱਪੜਾ ਇਦਾਂ ਫੋਲਡ ਕਰਕੇ ਪੂਰਾ ਕਰਕੇ ਰੱਖ ਲਿਆ ਠੀਕ ਆ ਤੇ ਹੁਣ ਆਪਾਂ ਨੇ ਇਧਰੋਂ ਫੋਲਡ ਸਾਈਡ ਤੋਂ ਪਹਿਲਾਂ ਇੱਥੋਂ ਤੇ ਲੈ ਕੇ 18 ਦੇ ਵਿੱਚ 3 ਪਲੱਸ ਕਰਕੇ ਆਪਾਂ ਇੱਥੇ ਨਿਸ਼ਾਨੀ ਲਾ ਲੈਣੀ ਆ ਆਵਦੀ ਆ ਦੇਖੋ ਹੁਣ ਆਪਾਂ ਨੇ ਇੱਥੋਂ ਲੈ ਲੈਣੀ ਆ ਇੱਥੋਂ ਲਾ ਕੇ ਇਦਾਂ ਮਿਣ ਕੇ 18 ਇੰਚ ਆਪਾਂ ਆਪਦਾ ਘੇਰਾ ਆਪਣੀ हिਪ ਤੇ ਘੇਰਾ ਹੋ ਗਿਆ ਤੇ ਇਹਦੇ ਵਿੱਚ 19 20 21 3 ਇੰਚ ਪਲੱਸ ਕਰਕੇ ਆਪਾਂ 21 ਇੰਚ ਦੇ ਉੱਤੇ ਘੇਰੇ ਦੀ ਨਿਸ਼ਾਨੀ ਲਾ ਲਈ ਠੀਕ ਆ ਇੱਥੋਂ ਲਾ ਲਈ ਹੁਣ ਆਪਾਂ ਨੇ ਇਧਰ ਆ ਜੂ ਹਾਂ ਹੁਣ ਤੁਸੀਂ ਇਥੋਂ 21 ਇੰਚ ਦੀ ਇੱਥੇ ਤੱਕ ਇਧਰ ਲਾ ਲੋ 21 ਇੰਚ ਦੀ ਦੇਖੋ ਇਥੋਂ ਤੇ ਲੈ ਕੇ ਆਪਾਂ ਨੇ ਇੱਥੇ ਤੱਕ ਵੀ ਆਪਦੀ ਇਹਦਾ ਘੇਰੇ ਦੀ ਹੈਪ ਦੀ ਨਿਸ਼ਾਨੀ 3 ਪਲੱਸ ਕਰਕੇ ਇਧਰ ਨੂੰ ਲਾ ਲਈ ਹਾਂ ਤੇ ਇਥੋਂ ਆਪਣੇ ਦੇਖ ਦੋਨੇ ਪੱਲੇ ਆਪਣੇ ਬਰਾਬਰ ਨੇ ਨਾ ਇਥੋਂ ਬਿਲਕੁਲ ਇਹਦੇ ਵਿੱਚ ਆਹ ਇਧਰ ਵੀ ਆਇਆਨ ਸਾਫ਼ ਕਰਕੇ ਜੋ ਦੇਖਾਂਗੇ ਇਹਦੇ ਪੱਲੇ ਵਿੱਚ ਕੋਈ ਬਲ ਨਹੀਂ ਆਉਣਾ ਚਾਹੀਦਾ ਜੇ ਇਦਾਂ ਹੀ ਸਿੱਧਾ ਨਹੀਂ ਹੁੰਦਾ ਬਾਹਲ ਆਉਂਦਾ ਇਹਦੇ ਵਿੱਚ ਜਾਂ ਇਧਰ ਨੂੰ ਬਾਲਾ ਜਾਂਦਾ ਉਧਰ ਨੂੰ ਨਿਕਲ ਜਾਂਦਾ ਫੇਰ ਕਾਣ ਹੋਊਗੀ ਜੇਕਰ ਇਧਰੋਂ ਵੀ ਬਿਲਕੁਲ ਸਿੱਧਾ ਵਾ ਇੱਥੋਂ ਵੀ ਆਪਣੀਆਂ ਕੰਨੀਆਂ ਬਿਲਕੁਲ ਮਿਲੀਆਂ ਹੋਈਆਂ ਨੇ ਤੇ ਇਦਾਂ ਕਰਕੇ ਆਪਣੀਆਂ ਕੰਨੀਆਂ ਵੀ ਵੱਧ ਹੀ ਕਰਦੀ ਉੱਤੇ ਵੱਧ ਹੀ ਘਟਦੀ ਨਹੀਂ ਹੈਗੀ ਬਿਲਕੁਲ ਬਰਾਬਰ ਆ ਗਈਆਂ ਜਿਹੜੀ ਵੱਧੀ ਆ ਉਹ ਕਾਣ ਹੋਊਗੀ ਉਹਨੂੰ ਕੱਢ ਦੇਣਾ ਤੇ ਇਹ ਇਦਾਂ ਬਿਲਕੁਲ ਹੁਣ ਇਹਦੇ ਵਿੱਚ ਕੋਈ ਕਾਣ ਨਹੀਂ ਹੈਗੀ ਸਿੱਧਾ ਆ ਗਿਆ ਨਾ ਬਿਲਕੁਲ ਤੇ ਹੁਣ ਆਪਾਂ ਨੇ ਇੱਥੇ ਲਾ ਲਿਆ ਹੈਪ ਦੇ ਵਿੱਚ 10 ਪਲੱਸ ਕਰਕੇ ਇੱਕੀ ਆਂ ਜਿੱਥੇ ਲਾ ਲਿਆ ਸੈਂਟਰ ਚ ਲਾ ਲੈਣਾ ਤੇ ਉਧਰੋਂ ਆਪਾਂ ਨੇ ਨੀਚੇ ਲਾਇਆ ਹੋਇਆ ਹੁਣ ਆਪਾਂ ਨੇ ਇੱਕੀ ਕਰਨਾ ਇੱਥੋਂ ਫੜਨਾ ਆਪਾਂ ਨੇ ਇਹ ਨੂੰ ਇਹਦੇ ਤੱਕ ਫੋਲਡ ਕਰ ਦੇਣਾ ਇਦਾਂ ਹੀ ਤੁਸੀਂ ਕਰ ਲਓ ਆ ਦੇਖੋ ਹੁਣ ਆਪਾਂ ਨੇ ਇੱਥੇ ਤੱਕ ਇਧਰੋਂ ਆਹ ਨਿਸ਼ਾਨੀ ਤੱਕ ਇਹ ਆਪਾਂ ਨੇ ਕੱਪੜਾ ਫੋਲਡ ਕਰ ਲੈਣਾ ਆ ਦੇਖੋ ਹੁਣ ਆਪਾਂ ਨੇ ਕੱਪੜਾ ਇਦਾਂ ਫੋਲਡ ਕਰ ਲੈਣਾ ਤਿਆਰ ਹੈਪ ਦੇ ਵਿੱਚ 3 ਪਲੱਸ ਕਰਕੇ 1 ਇੰਚ ਕੱਪੜਾ ਕਰ ਲਿਆ 1 ਇੰਚ ਨੂੰ ਆਪਾਂ ਇਦਾਂ ਕਰਕੇ ਫੋਲਡ ਕਰ ਲਿਆ ਤੇ ਹੁਣ ਇਸੇ ਨਿਸ਼ਾਨੀ ਇਹ ਦੇ ਨਾਲ-ਨਾਲ ਕੱਪੜੇ ਦੀ ਇਹਦੀ ਹੁਣ ਆਪਾਂ ਨੇ ਕਟਿੰਗ ਕਰ ਦੇਣੀ ਆ ਹੁਣ ਇਹਦੀ ਤੁਸੀਂ ਵੀ ਕਰ ਦੋ ਆ ਦੇਖੋ ਹੁਣ ਆਪਾਂ ਨੇ ਇਧਰੋਂ 21 ਇੰਚ ਇਹਦੇ ਘੇਰੇ ਦਾ ਕਟਿੰਗ ਕਰਕੇ ਹੈਨਾ ਇਦਾਂ ਫੋਲਡ ਕਰਿਆ ਆਪਾਂ ਇਹਦੇ ਨਾਲੋਂ ਨਾਲ ਇਹਦੀ ਕਟਿੰਗ ਕਰ ਦੇਣੀ ਆ ਆ ਦੇਖੋ ਆ ਕਪੜੇ ਦਾ ਪੈ ਇਹਦੇ ਨਾਲੋਂ ਨਾਲ ਇਹਦਾ ਇਹਦੀ ਕਮੀਜ਼ ਦੀ ਇਧਰੋਂ ਇਧਰੋਂ ਕਮੀਜ਼ ਦਾ ਕਪੜਾ ਕੱਢ ਕੇ ਰੱਖ ਲੈਣਾ ਤੇ ਜਿਹੜਾ ਹੁਣ ਆਪਣੇ ਕੋਲੇ ਦੀਦੀ ਦਾ ਪਣਾ ਸੀਗਾ 45 ਇੰਚ ਤੇ ਹੁਣ ਇਧਰ ਮੇਰੇ ਕੋਲ ਬਾਕੀ 21 ਇੰਚ ਘੇਰਾ ਕੱਢ ਕੇ ਸਾਢੇ 19 ਕਪੜਾ ਬਚ ਗਿਆ ਸਾਢੇ 19 ਤੇ ਹੁਣ ਦੀਦੀ ਕੋਲ 4 ਇੰਚ ਮੇਰੇ ਨਾਲੋਂ ਜ਼ਿਆਦਾ ਆ ਤੇ ਸਾਢੇ 20 ਸਾਢੇ 21 ਸਾਢੇ 22 ਸਾਢੇ 23 ਹੁਣ ਤੁਹਾਡੇ ਕੋਲ ਹੁਣ ਸਾਢੇ 23 ਬਚ ਗਿਆ ਦੀਦੀ ਦਾ 45 ਇੰਚ ਪਣਾ ਸੀ ਤੇ ਸਾਢੇ 23 ਇੰਚ ਕਪੜਾ ਬਚ ਗਿਆ ਤੇ ਇਧਰਲੀ ਸਾਈਡ ਤੋਂ ਹੁਣ ਆਪਾਂ ਇਹਦੇ ਤੋਂ ਜੇ 23.5 ਬਚ ਗਿਆ ਤਾਂ ਆਪਾਂ ਇਹਦੇ ਚੋਂ ਕੁੰਦੇ ਵੀ ਆਪਾਂ ਇਹਦੇ ਚੋਂ ਹੀ ਕੱਢ ਸਕਦੇ ਆ ਕਿਉਂਕਿ ਇਹ ਆਪਣਾ 43 ਇੰਚ ਕਪੜਾ ਵਾਹੀ ਤੇ ਹੁਣ ਆਪਣੀ ਤੇ ਹੁਣ ਤਰ ਮਗਰ 23.5 ਕਪੜਾ ਬਚ ਗਿਆ ਤੇ ਦੀਦੀਓ ਚੋਂ ਕੁੰਦੇ ਵੀ ਕੱਢ ਸਕਦੇ ਨੇ ਤੇ ਹਲੇ ਆਪਾਂ ਨੇ ਕੁਝ ਨਹੀਂ ਕੱਟਣਾ ਹਲੇ ਆਪਾਂ ਨੇ ਆ ਕਮੀਜ਼ ਦੀ ਲੰਬਾਈ ਤੇ ਘੇਰਾ ਪੂਰਾ ਤਿਆਰ ਕਰਕੇ ਇਹਦੀ ਆਪਾਂ ਕਟਿੰਗ ਕਰਕੇ ਰੱਖ ਲੈਣੀ ਆ ਠੀਕ ਆ ਆ ਕਮੀਜ਼ ਦੀ ਕਟਿੰਗ ਕਰਕੇ ਬਾਕੀ ਦਾ ਆਪਾਂ ਨੇ ਹਲੇ ਕਪੜਾ ਰੱਖ ਲੈਣਾ ਹੁਣ ਆਪਾਂ ਜਿਹੜਾ ਕਪੜਾ ਕਮੀਜ਼ ਦਾ ਫੋਲਡ ਕਰਾਹਾ ਆਪਾਂ ਹੁਣ ਇੱਥੋਂ ਇਹਦੀ ਕਟਿੰਗ ਕਰ ਦੇਣੀ ਹੈ ਇਹਦੇ ਨਾਲੋਂ ਨਾਲ। ਬਾਕੀ ਦਾ ਕਪੜੇ ਦਾ ਫੇਰ ਦੇਖਦੇ ਆਪਾਂ ਕੀ ਕਰਨਾ। ਆਹ ਦੇਖੋ ਹੁਣ ਆਪਾਂ ਇਹਦੀ ਕਟਿੰਗ ਕਰਤੀ। ਇਹ ਆਪਣਾ ਹੁਣ ਕਮੀਜ਼ ਦੀ ਲੰਬਾਈ ਘੇਰਾ ਪੂਰਾ ਕਰਕੇ ਆਪਾਂ ਨੇ ਆਪਦਾ ਕਮੀਜ਼ ਦਾ ਕਪੜਾ ਪਹਿਲਾਂ ਹਲੇ ਤੈਹ ਲਾ ਕੇ ਰੱਖ ਦੇਣਾ। ਠੀਕ ਹੈ ਕਿਉਂਕਿ ਆਪਾਂ ਪਤਾ ਸਾਰਾ ਪੈਣਾ ਕਪੜੇ ਦਾ ਹਿਸਾਬ ਲਾ ਲੈਣਾ ਠੀਕ ਹੈ। ਤੇ ਕਮੀਜ਼ ਆਪਾਂ ਕਪੜਾ ਕੱਢ ਕੇ ਰੱਖਤਾ ਤੇ ਹੁਣ ਇਸ ਤੋਂ ਅੱਗੇ ਆਪਣਾ ਆਹ ਕਪੜਾ ਬਚ ਗਿਆ ਤੇ ਪਹਿਲਾਂ ਹੁਣ ਇਹਨੂੰ ਹਲੇ ਇਦਾਂ ਹੀ ਰੱਖ ਦੇਣਾ। ਤੇ ਹੁਣ ਆਪਣਾ ਕਮੀਜ਼ ਦੇ ਵਿੱਚ ਵਿੱਚ 2 ਮੀਟਰ 40 ਇੰਚ ਦਾ 1 ਮੀਟਰ ਹੁੰਦਾ ਤੇ ਆਪਾਂ ਨੇ ਹੁਣ ਦੋ ਇਦਾਂ ਇਦਾਂ ਕਟਿੰਗ ਕਰ ਲਈ 343 43 ਇੰਚ ਦੀ ਦੋਨੇ ਪੱਲੀਆਂ ਦੀ ਕਰ ਲਈ 2 ਮੀਟਰ 6 ਇੰਚ ਆਪਣਾ ਕਮੀਜ਼ ਦੇ ਵਿੱਚ ਚਲਿਆ ਗਿਆ ਇਹ ਨਾਲੋਂ ਨਾਲ ਮੈਂ ਤੁਹਾਨੂੰ ਮੀਟਰ ਦੇ ਹਿਸਾਬ ਦੱਸੀ ਜਾਣੇ ਆ ਤੇ ਹੁਣ 2 ਮੀਟਰ 6 ਇੰਚ ਆਪਾਂ ਨੇ ਕਮੀਜ਼ ਦੇ ਵਿੱਚ ਕੱਟਤਾ ਤੇ ਹੁਣ ਆਪਾਂ ਨਾਲ ਦਾ ਕੱਪੜਾ ਹੋਰ ਵਿਛਾ ਲਿਆ ਇਦਾਂ ਸਿੱਧਾ ਕਰਕੇ ਇਦਾਂ ਫੇਰ ਵਿਛਾ ਲਓ ਤੇ ਹੁਣ ਆਪਣੀ ਹੈਗੀ ਸਲਵਾਰ ਦੀ ਲੰਬਾਈ ਆਹ ਦੇਖੋ ਹੁਣ ਆਪਣੀ ਸਲਵਾਰ ਦੀ ਲੰਬਾਈ ਹੈਗੀ ਆ ਸਾਰੀ ਪੂਰੀ ਲੰਬਾਈ ਹੈਗੀ ਆ 36 ਇੰਚ 36 ਇੰਚ ਚੋਂ ਆਪਾਂ 5.5 ਇੰਚ ਆਪਾਂ ਨੇ 36 ਚੋਂ 5.5 ਇੰਚ ਬੈਲਟ ਹੋ ਗਈ ਆਪਣੀ ਤੇ ਪਿੱਛੇ 36 ਦੇ ਵਿੱਚੋਂ ਆਪਾਂ ਨੇ 5.5 ਕੱਢ ਦੇਣਾ ਤੇ 30.5 ਰਹਿ ਗਿਆ ਇਹ ਹੁਣ ਜਿਹੜਾ ਆਪਾਂ 31 ਇੰਚਾ ਇਹ ਬੈਲਟ ਤੋਂ ਬਿਨਾ ਬਲਾਂ ਤੋਂ ਲੈ ਕੇ ਮੂਹਰੀ ਤੱਕ ਬਲਾਂ ਤੋਂ ਲੈ ਕੇ ਮੂਹਰੀ ਤੱਕ ਆਪਾਂ ਉਹਦੇ ਕੁੰਦੇ ਕਟਿੰਗ ਕਰਨੇ ਆ ਠੀਕ ਹੈ ਤੇ ਹੁਣ ਆਪਾਂ ਨੇ ਉਹ ਕਿੰਨੇ ਕਟਿੰਗ ਕਰਨੇ ਆ ਹੁਣ 36 ਦੇ ਵਿੱਚੋਂ ਆਪਾਂ 5.5 ਬੈਲਟ ਦਾ ਕੱਟਤਾ 31.5 ਹੋ ਗਿਆ ਹੁਣ ਜਿਹੜੇ ਇਹ ਬਲਾਂ ਤੋਂ ਲੈ ਕੇ ਮੂਰੀ ਤੱਕ ਆ ਇਹ 31.5 ਆਪਣੀ ਤਿਆਰ ਲੰਬਾਈ ਆ ਮੂਰੀ ਤੋਂ ਲੈ ਕੇ ਬਲਾਂ ਤੱਕ 31.5 ਆਪਣੀ ਲੰਬਾਈ ਆ ਉਹਦੇ ਵਿੱਚ ਆਪਾਂ 1.5 ਇੰਚ ਪਲੱਸ ਕਰਾਂਗੇ ਕੁਛ ਮੂਰੀਆਂ ਚਾਊਗਾ ਬਲਾਂ ਚਾਊਗਾ ਤੇ ਇਸ ਲਈ ਆਪਾਂ 1.5 ਇੰਚ ਪਲੱਸ ਕਰਾਂਗੇ 31.5 ਚ 31.5 ਦੇ ਵਿੱਚ 1.5 32 ਤੇ ਅੱਧਾ ਆ 33 ਠੀਕ ਆ ਦੋ ਦੋ ਇਹ ਦੋਨੇ ਜੋੜੇ 33 ਇੰਚ ਹੁਣ ਆਪਾਂ 33 ਇੰਚ ਦਾ ਮੂਰੀ ਤੋਂ ਲੈ ਕੇ ਬਲਾਂ ਤੱਕ ਆਪਾਂ ਨੇ ਕੁੰਦਿਆਂ ਦੀ ਕਟਿੰਗ ਕਰਨੀ ਹੈ ਬਲਾਂ 'ਚ ਵੀ ਆਊ ਮੁਗਰੀ 'ਚ ਵੀ ਆਊ ਤੇ ਹੁਣ ਇਸ ਤੋਂ ਅੱਗੇ ਆਪਾਂ ਨੇ ਜਦੋਂ ਹੁਣ ਹੈਪ ਆਪਣੀ 18 ਇੰਚ ਹੈਪਾ ਤਾਂ ਫਿਰ ਆਪਾਂ ਇਹਦਾ ਆਸਣ ਤਿਆਰ 12 ਇੰਚ ਰੱਖਾਂਗੇ ਸਣੇ 벨ਟ ਦੇ ਤੇ ਸਲਵਾਰ ਦਾ ਦੋਨੇ ਚੀਜ਼ ਜੋੜ ਕੇ ਆਪਾਂ ਤਿਆਰ ਪੂਰਾ 12 ਇੰਚ ਆਸਣ ਰੱਖਾਂਗੇ ਸਾਰਾ ਕੁਝ ਨੇ ਪਨੁਫਾ ਮੋੜਨ ਤੋਂ ਬਾਅਦ ਥਲੇ ਝੋਲੀ ਸਿਉਣ ਤੋਂ ਬਾਅਦ ਬਲ ਪਾਉਣ ਤੋਂ ਬਾਅਦ ਆਪਾਂ ਨੇ 12 ਇੰਚ ਤਿਆਰ ਆਸਣ ਰੱਖਣਾ 18 ਇੰਚ ਹੈਪਾ ਹੀ ਠੀਕ ਆ ਤੇ ਹੁਣ ਆਪਾਂ ਨੇ ਇਸ ਲਈ ਹੁਣ ਆਪਣੇ ਕੋਲੇ ਹੋ ਗਿਆ 33 ਇੰਚ ਤਾਂ ਆਪਾਂ ਹੁਣ ਸਲਵਾਰ ਦੀ ਲੰਬਾਈ ਲੈਣੀ ਆ ਤੇ ਆਪਾਂ 10 ਇੰਚ ਆਸਣ ਲਾ ਲੈਣਾ ਠੀਕ ਆ ਤੇ ਜੇਕਰ ਹੁਣ 13 14 ਆਸਣ ਹੁੰਦਾ ਆਪਣਾ ਸਲਵਾਰ ਦਾ ਸਾਰਾ ਬੈਲਟ ਦੇ ਸਣੇ ਤਿਆਰ ਫਿਰ ਆਪਾਂ 12 ਇੰਚ ਆਸਣ ਲੈਣੇ ਹੁੰਨੇ ਆਗੇ ਹੁਣ ਇਹ हिਪ ਘਾਟਾ 18 ਇੰਚ ਹੈਪਾ ਤੇ ਇਸ ਲਈ ਪਹਿਲਾਂ ਆਪਾਂ ਹੁਣ ਇੱਥੋਂ ਆਹ ਵਾਲੀ ਇੱਥੋਂ ਕੰਨੀ ਤੋਂ ਲੈ ਕੇ ਹੁਣ ਇੱਥੇ ਤੱਕ 33 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਫਿਰ ਇਸ ਤੋਂ ਅਗੇ ਆਸਣ ਦੀ 10 ਇੰਚ ਲਾ ਲੈਣੀ ਆ ਆ ਦੇਖੋ ਕਿ ਮੀ ਦਾ ਕਪੜਾ ਕੱਟਣ ਤੋਂ ਬਾਅਦ ਜਿਹੜਾ ਨਾਲ ਦਾ ਆਪਣਾ ਹੋਰ ਕਪੜਾ ਉਹਨੂੰ ਆਪਾਂ ਇਦਾਂ ਸਿੱਧਾ ਕਰਕੇ ਵਿਛਾ ਲਿਆ ਇਦਾਂ ਇਹਦੇ 'ਚ ਵੀ ਐ ਕੋਈ ਕਾਣ ਨਹੀਂ ਹੋਣੀ ਚਾਹੀਦੀ ਸਿੱਧਾ ਰੱਖ ਲੈਣਾ ਤੇ ਹੁਣ ਆਪਾਂ ਨੇ ਇਦਾਂ ਇੱਥੋਂ ਤੇ ਲੈ ਕੇ 33 ਇੰਚ ਤੇ ਪਹਿਲਾਂ ਨਿਸ਼ਾਨੀ ਲਾ ਲੈਣੀ ਆ ਆ ਦੇਖੋ 33 ਇੰਚ ਦੇ ਉੱਤੇ ਇਹ ਬਲਾਂ ਤੋਂ ਲੈ ਕੇ ਮੂਹਰੀ ਤੱਕ ਤੇ 1.5 ਇੰਚ ਪਲੱਸ ਕਰਕੇ ਆਪਣਾ 33 ਇੰਚ ਬਣਦਾ ਤੇ 33 ਇੰਚ ਦੀ ਨਿਸ਼ਾਨੀ ਲਾ ਲਓ ਤੇ ਹੁਣ ਇਸ ਤੋਂ ਅੱਗੇ 33 ਇੰਚ ਤੋਂ ਅੱਗੇ 10 ਇੰਚ ਦੇ ਉੱਤੇ ਹੱਸਣ ਦੀ ਨਿਸ਼ਾਨੀ ਲਾ ਲਓ ਠੀਕ ਆ લાલે ਹੁਣ ਇਹ ਆਸਣ ਦਾਵਾ ਜਿਹੜਾ ਆਪਾਂ ਲਾਇਆ ਹੁਣ ਇਹਦੇ ਤੋਂ ਫੜ ਕੇ ਆਪਾਂ ਨੇ ਕੱਪੜਾ ਫੋਲਡ ਕਰ ਲੈਣਾ ਨਿਸ਼ਾਨੀ 10 ਇੰਚ ਹੋਰ ਪਾਉਣ ਤੋਂ ਬਾਅਦ ਆਪਣੇ ਕੋਲ ਸਾਰਾ ਹੁਣ ਇੱਥੋਂ ਤੇ ਰਹਿ ਕੇ ਇਹ ਪੂਰਾ ਮਿਣੀਏ 33 ਇੰਚ ਦੇ ਵਿੱਚ 10 ਇੰਚ ਹੋਰ ਪਾਏ ਆਪਣੇ ਕੋਲ 43 ਇੰਚ ਪੂਰਾ ਕੱਪੜਾ ਹੋਰ ਹੋ ਗਿਆ ਠੀਕ ਆ ਤੇ ਜੇਕਰ ਆਪਾਂ ਨੇ ਹੁਣ 5 ਮੀਟਰ ਚੋਂ ਬਣਾਉਣੀ ਹੁੰਦੀ ਆਪਣੇ ਕੋਲ ਜਿਆਦਾ ਕੱਪੜਾ ਹੁੰਦਾ ਫੇਰ ਤਾਂ ਆਪਾਂ ਇਸੇ ਨਿਸ਼ਾਨੀ ਤੋਂ ਫੜ ਕੇ ਇਦਾਂ ਕਰਕੇ ਫੋਲਡ ਕਰਕੇ ਰੱਖਣਾ ਸੀਗਾ ਇਦਾਂ ਸਾਰੇ ਕੰਨੇ ਦੇ ਅਨਸਾਰ ਫੋਲਡ ਕਰਨਾ ਸੀ ਫੇਰ ਆਪਾਂ ਭਾਰੀ ਸਲਵਾਰ ਬਣ ਸਕਦੀ ਹੈ ਆਪਣੀ ਤੇ ਹੁਣ ਜਦੋਂ ਆਪਾਂ 4.5 ਮੀਟਰ ਚੋ ਬਣਾਉਣੀ ਆ ਫੇਰ ਆਪਾਂ ਨੇ ਕੀ ਕਰਨਾ ਕੱਪੜੇ ਨੂੰ ਆ ਦੇਖੋ ਇਦਾਂ ਪਿਆ ਨਾ ਫੇਰ ਆਪਾਂ ਨੇ ਆਹ ਕੰਨੀ ਤੋਂ ਆਹ ਵਾਲੀ ਕੰਨੀ ਇਦਾਂ ਦੋਨੇ ਕੰਨੀਆਂ ਆਪਾਂ ਨੇ ਇਦਾਂ ਮੋੜਾ ਲੈਣੀਆਂ ਨੇ ਠੀਕ ਆ ਕੰਨੀਆਂ ਆਪਾਂ ਆਪਦੀ ਸਾਈਡ ਕਰਕੇ ਇਹਨੂੰ ਕੱਪੜੇ ਨੂੰ ਫੋਲਡ ਕਰ ਲੈਣਾ ਆ ਦੇਖੋ ਹੁਣ ਆਪਾਂ ਨੇ ਇਧਰ ਨੂੰ ਕੰਨੀਆਂ ਫੋਲਡ ਕਰਕੇ ਇਧਰ ਕੰਨੀਆਂ ਨਾਲ ਕੰਨੀ ਜੋੜ ਕੇ ਇਦਾਂ ਆਪਾਂ ਕੱਪੜਾ ਫੋਲਡ ਕਰ ਲਿਆ ਹੈ ਨਾ ਤੇ ਇਦਾਂ ਫੋਲਡ ਕਰਨ ਤੋਂ ਬਾਅਦ ਫੇਰ ਆਪਾਂ ਨੇ ਕੀ ਕਰਨਾ ਆ ਦੇਖੋ ਇਦਾਂ ਫੋਲਡ ਕਰ ਲਿਆ ਜਿਹੜੀ ਕਾਣ ਹੋ ਬਣਾ ਦੇ ਇਦਾਂ ਨਿਕਲ ਜੂਗੀ ਉੱਪਰ ਇਹ ਕਪੜੇ ਤੋਂ ਏਦਾਂ ਕਰ ਦੇਣੀ ਆ ਹਾਂ ਇਹ ਆਪਾਂ ਨੂੰ ਕਾਣ ਦਾ ਕਿੱਦਾਂ ਪਤਾ ਲੱਗੂਗਾ ਦੀ ਇੱਧਰ ਏਦਾਂ ਨਿਕਲੇ ਹੋਊਗੇ ਉੱਪਰ ਕਿਉਂਕਿ ਆਪਾਂ ਇੱਧਰੋਂ ਆਪਦੀ ਪੂਰੀ ਅੰਕ ਇੱਧਰੋਂ ਫੜ ਕੇ ਨਾ ਕਪੜੇ ਨੂੰ ਸੈਂਟਰ ਚੋਂ ਇੱਥੋਂ ਵੱੜ ਕੇ ਇਹਦੀ ਸੇਧ ਨਾ ਬਿਲਕੁਲ ਏਦਾਂ ਬਲ ਕੱਢ ਦੇਣੇ ਆ ਤੇ ਏਦਾਂ ਜਦੋਂ ਆਪਾਂ ਕਪੜਾ ਸਾਰਾ ਸਾਫ਼ ਕਰਿਆ ਏਦਾਂ ਕਰਕੇ ਏਦਾਂ ਕਰਿਆ ਤੇ ਇਹ ਤਾਂ ਸਿੱਧਾ ਕਰ ਦੇਣਾ ਬਲ ਨਹੀਂ ਆਉਣਾ ਚਾਹੀਦਾ ਇੱਧਰ ਫੋਲਡ ਸਾਈਡ ਤੇ ਬਲ ਨਹੀਂ ਆਉਣਾ ਚਾਹੀਦਾ ਇਹ ਸੈਂਟਰ ਦੇ ਵਿੱਚੋਂ ਬਲ ਬਿਲਕੁਲ ਸਾਫ਼ ਕਰ ਦੇਣਾ ਫਿਰ ਜਿਹੜੀ ਵੀ ਕਾਣ ਹੋਊਗੀ ਉਹ ਇੱਧਰ ਆ ਕੇ ਇੱਥੇ ਨਿਕਲ ਇਹਦੀ ਆਪਾਂ ਕਟਿੰਗ ਕਰ ਦੇਣੀ ਹੈ ਇਦਾਂ ਕਰਕੇ ਜਿਹੜੀ ਕਾਣ ਹੋਊਗੀ ਇੱਥੇ ਤੱਕ ਤਾਂ ਕੋਈ ਕਾਣ ਨਹੀਂ ਹੈਗੀ ਬਿਲਕੁਲ ਸਿੱਧਾ ਤੇ ਆ ਇੰਨੀ ਕ ਕਾਣਾ ਪਾਈ ਕੱਢ ਕਰ ਦਨੇ ਆ ਆ ਦੇਖੋ ਕੱਢਤੀ ਸਿੱਧਾ ਕਰ ਲਿਆ ਹੁਣ ਆਪਾਂ ਨੇ ਕੱਪੜੇ ਨੂੰ ਬਿਲਕੁਲ ਇੱਥੋਂ ਕੱਪੜਾ ਬਰਾਬਰ ਹੋਣਾ ਚਾਹੀਦਾ ਤੇ ਇਧਰ ਫੋਲਡ ਸਾਈਡ ਦੇ ਉੱਤੇ ਕੋਈ ਬਲ ਨਹੀਂ ਹੋਣਾ ਚਾਹੀਦਾ ਹੈਗਾ ਫਿਰ ਕਾਣ ਹੁੰਦੀ ਆ ਇਦਾਂ ਕਰਕੇ ਬਿਲਕੁਲ ਕੰਨੀ ਨਾ ਕੰਨੀ ਮਿਲਾ ਕੇ ਪੂਰੀ ਰੱਖ ਲੈਣੀ ਆ ਠੀਕ ਆ ਤੇ ਹੁਣ ਜਿਹੜੀ ਆਪਾਂ ਨੇ 33 ਇੰਚ ਉਹ ਨਿਸ਼ਾਨੀ ਲਾਈ ਸੀ ਪਹਿਨਾ 33 ਇੰਚ ਬਲਾਂ ਤੋਂ ਲੈ ਕੇ ਮੂਹਰੀ ਤੱਕ 1.5 ਇੰਚ ਪਲੱਸ ਕਰਕੇ ਆਪਾਂ 33 ਇੰਚ ਲੰਬਾਈ ਬਣਾਈ ਹੈ ਜਿਹੜੀ ਉਹ ਲੈ ਲੈਣੀ ਆ 10 ਇੰਚ ਆਸਣ ਲੈ ਲੈਣਾ ਆ ਦੇਖੋ ਇਦਾਂ ਹੁਣ ਇਤ ਨੂੰ ਕੰਨੀਆਂ ਤੋਂ ਫੜ ਕੇ ਦੋਨਾਂ ਤੋਂ ਇਦਾਂ ਫੜ ਕੇ 33 ਇੰਚ ਆਪਾਂ ਆਵਦੀ ਬਲਾਂ ਤੋਂ ਲੈ ਕੇ ਮੂਹਰੀ ਤੱਕ ਆਖਾ ਆਪ ਜਿਹੜੀ 33 ਇੰਚ ਇਦਾਂ ਰੱਖ ਕੇ 33 ਇੰਚ ਇਹਨੂੰ ਬਿਲਕੁਲ ਸਿੱਧਾ ਮਿਲ ਲੈਣਾ 33 ਇੰਚ ਆ ਦੀ ਲੰਬਾਈ ਲੈ ਲਈ ਤੇ ਇਸ ਤੋਂ ਅੱਗੇ ਆਪਾਂ ਨੇ ਆਪਦਾ 10 ਇੰਚ ਆਸਣ ਦਾ ਲਾ ਲਿਆ ਇਧਰਲੀ ਸਾਈਡ ਤੋਂ ਕੰਨੀਆਂ ਤੋਂ ਇਧਰ ਲਾ ਲਿਆ ਨਾ ਆਪਾਂ ਨੇ 10 ਇੰਚ ਆਸਣ ਲਾ ਲਿਆ ਤੇ ਹੁਣ ਆਪਾਂ ਨੇ ਕੀ ਕਰਨਾ ਹੁਣ ਉਧਰ ਇਧਰ ਆਸਣ ਲਾ ਲਿਆ ਆਪਾਂ ਨੇ ਨਾ ਤੇ ਇਧਰ ਲੰਬਾਈ ਲਾ ਲਈ ਤੇ ਹੁਣ ਆਪਾਂ ਨੇ ਉਧਰਲੀ ਫੋਲਡ ਸਾਈਡ ਤੋਂ ਇਧਰੋਂ ਹੁਣ ਆਸਣ ਲਾ ਲੈਣਾ ਆ ਦੇਖੋ ਹੁਣ ਫੋਲਡ ਸਾਈਡ ਤੋਂ ਪਹਿਲਾਂ ਆਪਾਂ ਨੇ 10 ਇੰਚ ਆਸਣ ਦੀ ਨਿਸ਼ਾਨੀ ਲਾ ਲਈ 10 ਇੰਚ ਤੇ ਲਾਉਣੀ ਆ ਆ ਦੇਖੋ ਇੱਥੋਂ ਤੇ ਲੈ ਕੇ 10 ਇੰਚ ਆਸਣ ਲਾ ਲਿਆ ਇਧਰੋਂ ਫੋਲਡ ਸਾਈਡ ਤੋਂ ਹੁਣ ਇਸੇ 10 ਇੰਚ ਤੋਂ ਲੈ ਕੇ ਆਪਾਂ 33 ਇੰਚ ਪੂਰੀ ਮਣਕੇ ਆਪਾਂ ਨੇ ਇੱਥੇ ਤੱਕ ਆਵਦੀ ਤੇਤੀ ਜਾਂਚ ਸਲਵਾਰ ਦੀ ਲੰਬਾਈ ਲਾ ਲਈ ਇਧਰਲੀ ਸਾਈਡ ਤੋਂ ਲਾ ਲਈ ਨਾ ਆਪਾਂ ਨੇ ਹੁਣ ਫੋਲਡ ਸਾਈਡ ਤੋਂ ਤੇ ਹੁਣ ਆਪਾਂ ਨੇ ਜਿਹੜੀ ਇੱਥੋਂ ਆਹਾ ਵਾਲੀ ਹਸਣ ਦੀ ਆ ਇੱਥੇ ਤੱਕ ਆਪਣੀ ਲੰਬਾਈ ਖਤਮ ਹੁੰਦੀ ਆ ਇੱਥੋਂ ਤੇ ਲੈ ਕੇ ਇੱਥੇ ਲੰਬਾਈ ਆ ਹੁਣ ਇਹ ਦੇਤੇ ਆਪਾਂ ਨੇ 2 ਇੰਚ ਦੀ ਲਾਈਨ ਲਾ ਦੇਣੀ ਆ ਆ ਦੇਖੋ ਇੱਥੇ 2 ਇੰਚ ਦੀ ਇਦਾਂ ਕਰਕੇ ਲਾਈਨ ਲਾ ਦੇਣੀ ਆ ਤੇ ਹੁਣ ਆਪਾਂ ਨੇ ਇਧਰੋਂ ਇਧਰੋਂ ਆਹ ਵਾਲੀ ਚੀਜ਼ ਤੋਂ ਜਿਹੜਾ ਹਸਣ ਲਾ ਕੇ ਇਧਰ ਫਨ ਨਿਸ਼ਾਨੀ ਲਈਏ 2 ਇੰਚ ਦੀ ਆਪਾਂ ਨੇ ਉਰੇ ਲਾਦਨੀਆ ਏਦਾਂ ਕਰਕੇ ਠੀਕ ਆ ਹੁਣ ਆਪਾਂ ਨੇ ਕੀ ਕਰਨਾ ਆ ਦੇਖੋ ਏਦਾਂ ਕਪੜਾ ਫੋਲਡ ਕਰਿਆ ਪਿਆ ਇਧਰੋਂ ਆਪਾਂ ਨੇ ਲੰਬਾਈ ਲਾ ਲਈ 1.5 ਇੰਚ ਪਲੱਸ ਕਰਕੇ ਜਿਹੜਾ ਆਪਾਂ ਬਲਾਂ ਤੋਂ ਲੈ ਕੇ ਮੂਰੀ ਤੱਕ ਉਹ ਜਿਹੜੇ 1.5 ਇੰਚ ਪਲੱਸ ਕਰਕੇ ਆਪਾਂ ਨੇ ਇੱਥੇ ਲੰਬਾਈ ਲਾ ਲਈ ਫਿਰ ਆਸਣ ਲਾ ਲਿਆ ਫਿਰ ਆਪਾਂ ਨੇ ਉਹਦੀ ਸੇਚ ਉਧਰੋਂ ਲੰਬਾਈ ਲਾ ਲਈ ਉਧਰਲੀ ਸਾਈਡ ਤੋਂ ਤੇ ਆਸਣ ਆਪਾਂ ਨੇ ਉਧਰਲੀ ਸਾਈਡ ਤੇ ਲਾਤਾ ਉਲਟ ਕਰਤਾ ਨਾ ਉਧਰ ਆਸਣ ਇੱਧਰ ਆਸਣ ਤੇ ਇਧਰ ਲੰਬਾਈ ਤੇ ਉਧਰ ਲੰਬਾਈ ਆਪਾਂ ਨੇ ਏਦਾਂ ਕਰਤਾ ਨਾ ਹੁਣ ਆਪਾਂ ਨੇ ਜਿਹੜੀ ਆ 2 2 ਇੰਚ ਦੀ ਆਹ ਵਾਲੀ ਨਿਸ਼ਾਨੀ ਲਾਈ ਆ ਹੁਣ ਆਪਾਂ ਨੇ ਇਹਦੇ ਤੋਂ ਇੰਚੀ ਟੇਪ ਰੱਖਣਾ ਤੇ ਆਹ ਵਾਲਾ ਇੰਚੀ ਟੇਪ ਰੱਖਣਾ ਇੱਥੋਂ ਇਦਾਂ ਕਰਕੇ ਆਹ ਵਾਲਾ ਆ ਦੇਖੋ ਇਹਦੇ ਤੋਂ ਲੈ ਕੇ ਇੱਥੇ ਤੱਕ ਇਹਦੇ ਤੋਂ ਰੱਖ ਲੈ ਇਦਾਂ ਇੰਚੀ ਟੇਪ ਆਪਾਂ ਨੇ ਆ ਆਸਣ ਵਾਲੀ ਤੋਂ ਇੱਥੋਂ 2 ਇੰਚ ਦੀ ਨਿਸ਼ਾਨੀ ਲਾਈ ਸੀ ਇਹਦੇ ਤੋਂ ਰੱਖ ਕੇ ਆਪਾਂ ਨੇ ਜਿਹੜਾ ਇੱਧਰ ਆਸਣ ਲਾਇਆ ਸੀ ਆਹ ਵਾਲਾ ਆਪਾਂ ਇਹਦੇ 2 ਇੰਚ ਦੀ ਨਿਸ਼ਾਨੀ ਲਾ ਲਈ ਠੀਕ ਆ ਇਦਾਂ ਰੱਖ ਕੇ ਆਪਾਂ ਨੇ ਹੁਣ ਇਦਾਂ ਨਿਸ਼ਾਨੀ ਲਾਤੀ ਆ ਠੀਕ ਆ ਇਹ ਹੁਣ ਆਪਣੇ ਨਿਕਲ ਗਏ ਇਹਦੇ ਚੋਂ ਕੁੰਦੀ ਹੁਣ ਆਪਾਂ ਨੇ ਕਿੱਥੋਂ ਕਟਿੰਗ ਕਰਨੀ ਪਹਿਲਾਂ ਸਮਾਰ ਕੇ ਦੇਖੋ ਆਪਾਂ ਨੇ ਪਹਿਲਾਂ ਇਧਰ ਨੂੰ ਫੋਲਡ ਕਰ ਲਿਆ ਕਪੜਾ ਕੰਨੀਆਂ ਜੋੜਦੀਆਂ ਕੰਨੀਆਂ ਜੋੜ ਕੇ ਪਹਿਲਾਂ ਆਪਾਂ ਦੀ ਵਾਲਾਂ ਤੋਂ ਲੈ ਕੇ ਮੂਰੀ ਤੱਕ ਤਿਆਰ ਲੰਬਾਈ ਚ 1.5 ਇੰਚ ਪਲੱਸ ਕਰਕੇ ਉਹ ਤਿਆਰ ਲੰਬਾਈ ਲਾ ਲਈ 33 ਇੰਚ 10 ਇੰਚ ਅਸਣ ਲਾ ਲਿਆ ਫੇਰ ਆਪਾਂ ਉਧਰਲੀ ਸਾਈਡ ਤੋਂ 10 ਇੰਚ ਅਸਣ ਲਾ ਲਿਆ ਫੇਰ ਆਪਾਂ ਨੇ ਆਪਦੀ ਉਹੀ 33 ਇੰਚ ਵਾਲੀ ਲੰਬਾਈ ਲਾ ਲਈ ਇੱਥੇ ਤੱਕ ਹੋ ਗਈ ਇਹ ਤਾਂ ਆਪਾਂ ਬਾਅਦ ਵਿੱਚ ਇੱਥੇ ਆਪਾਂ ਜਦੋਂ ਆਹ ਵਾਲਾ ਹੁਣ ਇੱਥੋਂ ਕੀ ਕਰਨੀ ਆ ਇੱਥੋਂ ਤੇ ਇਹਦੀ ਕਟ ਇਹਦੀ ਕਟਿੰਗ ਕਰ ਦੋ ਹੁਣ ਤੁਸੀਂ ਇਹਦੀ ਕਟਿੰਗ ਕਰਕੇ ਫਿਰ ਆਹ ਕੁੰਦਾ ਆਪਾਂ ਇਹਦੇ ਤੇ ਰੱਖ ਲੈਣਾ ਟਕਾ ਕੇ ਆਹੀ ਵਾਲੀ ਚੀਜ਼ ਹੁਣ ਉਧਰ ਲਾਸਣ ਇਹਦੇ ਆਸਣ ਦੇ ਉੱਤੇ ਰੱਖ ਕੇ ਤੇ ਆਪਾਂ ਇਹ ਇੱਥੇ ਰੱਖ ਫਿਰ ਇਹਦੀ ਕਟਿੰਗ ਕਰ ਦੇਣੀ ਆ ਠੀਕ ਆ ਤੇ ਆਪਾਂ ਇਥੋਂ ਜਦੋਂ ਇਹਦੇ ਦੋਨੇ ਕੁੰਦੇ ਧਰ ਤੇ ਫਿਰ ਆਪਾਂ ਨੇ ਇਥੋਂ 1.5 ਇੰਚ ਦੀ ਆਪਾਂ ਨੇ ਇਹਦੀ ਕਟਿੰਗ ਕਰ ਦੇਣੀ ਆ ਸਿੱਧੀ ਇਥੋਂ ਫਿਰ ਧਰ ਕੇ ਨਾ ਤੇ ਇਦਾਂ ਦੀ ਹੋਊਗੀ ਤੁੱਕੀ ਜੀ ਉਹਦੀ ਆਪਾਂ ਨੇ ਸਿੱਧੀ ਇਦਾਂ ਕਟਿੰਗ ਕਰ ਦੇਣੀ ਆ ਦੋਨੇ ਕੁੰਦੇ ਧਰ ਕੇ ਠੀਕ ਆ ਆ ਦੇਖੋ ਇੱਕ ਕੁੰਦਾ ਆ ਹੋ ਗਿਆ ਆਪਣਾ ਇੱਕ ਕੁੰਦਾ ਆ ਹੋ ਗਿਆ ਤੇ ਇਧਰੋਂ ਤਾਂ ਆਪਣੀ ਆ ਕੰਨੀਆਂ ਹੀ ਨੇ ਤੇ ਇਧਰੋਂ ਆਹੜੀ ਫੋਲਡ ਸਾਈਡ ਹੋਊਗੀ ਇਹਦੀ ਆਪਾਂ ਇਹਦੀ ਲੰਬਾਈ ਦੀ ਕਟਿੰਗ ਕਰ ਦਾਂਗੇ ਠੀਕ ਆ ਇਹਦੀ ਕਟਿੰਗ ਕਰਕੇ ਫਿਰ ਇਹਦੇ ਮੂਰੇ ਆਪਾਂ ਪੱਟ ਲਾਉਣੇ ਆ ਠੀਕ ਆ ਇੱਥੇ ਤੱਕ ਆਪਣੀ ਹੁਣ ਸਲਵਾਰ ਦਾ ਕਪੜਾ ਹੋ ਗਿਆ ਹੁਣ 33 ਦੇ ਵਿੱਚ 10 ਇੰਚ ਪਾ ਕੇ ਆਹ 43 ਇੰਚ ਆਪਣੀ ਸਲਵਾਰ ਦੇ ਕੁੰਦੇ ਨਿਕਲ ਜਾਣੇ ਇਹਦੇ ਚੋਂ ਠੀਕ ਆ ਹੁਣ ਆਪਣਾ ਕਮੀਜ਼ ਦਾ ਵੀ ਹੋ ਗਿਆ ਕੁੰਦੇ ਵੀ ਹੋ ਗਏ ਤੇ ਹੁਣ ਇੱਥੇ ਤੱਕ ਆਪਣਾ ਕਪੜਾ ਕਿੰਨਾ ਖਪਤ ਹੋਇਆ ਹੁਣ ਤੱਕ ਆਪਣਾ ਕਪੜਾ ਖਪਤ ਹੋ ਗਿਆ 43 ਬੈਕ ਦਾ 43 ਫਰੰਟ ਦਾ ਕਮੀਜ਼ ਦੇ ਵਿੱਚ 86 ਇੰਚ ਕਪੜਾ ਆਪਣਾ ਖਪਤ ਹੋਇਆ 2 ਮੀਟਰ 40 ਇੰਚ ਦਾ 1 ਮੀਟਰ ਹੁੰਦਾ ਨਾ ਤੇ 2 ਮੀਟਰ 6 ਇੰਚ ਕਪੜਾ ਆਪਣਾ ਕਮੀਜ਼ ਵਿੱਚ ਹੋ ਗਿਆ ਤੇ ਹੁਣ ਆਪਣੀ ਸਲਵਾਰ ਦੇ ਕੁੰਡੇ ਕਿੰਨੇ ਚੋਂ ਨਿਕਲਗੇ 43 ਇੰਚੋਂ 1 ਮੀਟਰ ਤੇ 3 ਇੰਚ ਦੇ ਵਿੱਚੋਂ ਆਪਣੀ ਸਲਵਾਰ ਦੇ ਕੁੰਡੇ ਨਿਕਲੇ ਆਏ ਠੀਕ ਆ ਪੱਟਾ ਪਾ ਆ ਦੇ ਕਮੀਜ਼ ਦੇ ਨਾਲੋਂ ਪਾਵਾਂਗੇ ਉਹ ਵੀ ਤੁਹਾਨੂੰ ਮੈਂ ਸਾਰਾ ਦੱਸੂਗੀ ਤੇ ਹੁਣ ਆਪਣੇ ਇਹਦੇ ਵਿੱਚੋਂ ਇੱਥੇ ਤੱਕ ਆਪਣਾ ਸਲਵਾਰ ਦਾ ਕੱਪੜਾ ਪੂਰਾ ਹੋ ਗਿਆ 3 ਮੀਟਰ ਹੁਣ ਆਪਣਾ ਸਾਰਾ ਕਿੰਨਾ ਹੋ ਗਿਆ ਤੇ 3 ਮੀਟਰ 9 ਇੰਚ 3 ਮੀਟਰ 9 ਇੰਚ ਕੱਪੜਾ ਆਪਣਾ ਇੱਥੇ ਸਲਵਾਰ ਤੱਕ ਕੁੰਦੇ ਨਿਕਲਿਆ ਏ ਇੱਥੇ ਤੱਕ ਹੋ ਗਿਆ 3 ਮੀਟਰ 9 ਇੰਚ ਕੱਪੜਾ ਆਪਣਾ ਨਿਕਲ ਗਿਆ ਠੀਕ ਆ ਤੇ ਹੁਣ ਇਸ ਤੋਂ ਅੱਗੇ ਆਪਣਾ 벨ਟ ਬਾਹਾਂ ਪੱਟ ਹੁਣ ਇਸ ਤੋਂ ਅੱਗੇ ਇਧਰ ਦਾ 3 ਮੀਟਰ 9 ਇੰਚ ਆਪਣਾ ਸਲਵਾਰ ਦੇ ਕੁੰਦੇ ਨਿਕਲ ਗਏ ਹੁਣ ਇਸ ਤੋਂ ਅੱਗੇ ਆਪਾਂ ਆਪਦੇ ਪਾਟੇ ਚੋਂ ਲਾ ਲੈਨੇ ਆ ਕਮੀਜ਼ ਨਾਲੋਂ ਬਾਹਾਂ ਬਣ ਜਾਣਗੀਆਂ ਇਸ ਤੋਂ ਅੱਗੇ ਆਪਾਂ ਨੂੰ ਪੱਟ ਚਾਹੀਦੇ ਨੇ 33 ਇੰਚ ਲਾਉਣੇ ਨੇ ਆਪਾਂ ਨੇ ਠੀਕ ਆ 33 ਇੰਚ ਆਪਾਂ ਨੂੰ ਪੱਟ ਚਾਹੀਦੇ ਨੇ ਕਿਉਂਕਿ ਆਪਾਂ ਨੇ ਉਹ ਸਲਵਾਰ ਦੇ ਨਾਲ ਜਿਹੜੀ ਬਲਾਂ ਤੋਂ ਲੈ ਕੇ ਮੂਹਰੀ ਤੱਕ ਆਪਾਂ ਨੇ ਸਲਵਾਰ ਦੀ ਲੰਬਾਈ ਰੱਖੀ ਆ ਤੇ ਬਾਕੀ ਤਾਂ ਝੋਲੀ ਨਿਕਲ ਗਈ ਲੰਬਾਈ ਤਾਂ ਆਪਣੀ 33 ਇੰਚ ਰਹਿ ਗਈ ਨਾ ਬਾਕੀ ਇਹਦਾ ਮੂਹਰੀ ਚਾਊਗਾ ਬਲਾਂ ਚਾਊਗਾ ਤੇ ਆਪਾਂ ਪੱਟ ਜਿਹੜੇ ਲਾਉਣੇ ਆ ਇਹ ਆਪਾਂ ਪੂਰੇ 33 ਇੰਚ ਹੀ ਨਹੀਂ ਕੱਟਣੀ ਹੈਗੀ ਜਦੋਂ ਆਪਾਂ ਇਦਾਂ ਕੱਟਣੀ ਹੁਣ 33 ਇੰਚ ਨਹੀਂ ਕੱਟਣੀ ਆਪਾਂ ਨੇ ਇਹ ਇਹ 2 ਇੰਚ ਜ਼ਿਆਦਾ ਕੱਟ ਲੈਣੇ ਆ ਠੀਕ ਆ 2 33 ਆ 34 35 ਇੰਚ ਕੱਟ ਲਓ ਕਿਉਂਕਿ ਜਦੋਂ ਆਪਾਂ ਸਲਵਾਹ ਦੇ ਨਾਲ ਕੁੰਦਿਆਂ ਦੇ ਨਾਲ ਪੱਟ ਚੜਾਂਗੇ ਤੇ ਉਦੋਂ ਜੇ ਇਹ ਵਾਲਾ ਕੱਪੜਾ نیچے ਆ ਗਿਆ ਪੱਟਾਂ ਵਾਲਾ ਤਾਂ ਫਿਰ ਇਹ ਕੱਪੜੇ ਨੇ ਘਟ ਜਾਣਾ ਫਿਰ ਥੋੜੇ ਪੱਟ ਘਟ ਜਾਣਗੇ ਠੀਕ ਹੈ ਇਸ ਲਈ ਪਹਿਲਾਂ ਆਪਾਂ 2 ਇੰਚ ਪੱਟ ਜਿਆਦਾ ਹੀ ਰੱਖਣੇ ਆ 33 ਇੰਚ ਤੋਂ 2 ਇੰਚ ਜ਼ਿਆਦਾ ਰੱਖ ਲੇ 35 ਇੰਚ ਰੱਖਣੇ ਆ ਤੇ ਆਪਾਂ ਨੇ ਸਕੁੰਦੇ ਦੇ ਨਾਲ ਇਦਾਂ ਰੱਖ ਕੇ ਸਲਵਾ ਪੱਟ ਇਹਦਾ ਸੀਣ ਲਾ ਦੇਣੀ ਆ ਸੀਣ ਲਾ ਕੇ ਫਿਰ ਜਿਹੜਾ ਬਧੂਗਾ ਉਹ ਆਪਾਂ ਇਧਰੋਂ ਮੂਹਰੀ ਕਨੀਓ ਜੜਨਾ ਉੱਪਰੋਂ ਫਿਰ ਉਹਨੂੰ ਇਦਾਂ ਸਿੱਧਾ ਰੱਖ ਕੇ ਉਹਦੀ ਕਟਿੰਗ ਕਰ ਦੇਣੀ ਆ ਠੀਕ ਆ ਫਿਰ ਸਿੱਧਾ ਸਿੱਧਾ ਬਰਾਬਰ ਕਟਿੰਗ ਕਰਨੀ ਆ ਤੇ ਜੇ ਆਪਾਂ ਪੂਰੇ ਪੂਰੇ 33 ਇੰਚ ਰੱਖ ਲੇ ਫਿਰ ਸਿਉਣ ਦੇ ਵਿੱਚ ਇਹ ਨੀਚੇ ਵਾਲਾ ਕੱਪੜਾ ਖਿੱਚਿਆ ਜਾਂਦਾ ਫਿਰ ਵੱਧ ਘੱਟ ਜਾਂਦੇ ਨੇ ਪੱਟ ਇਸ ਲਈ 2 ਇੰਚ ਜ਼ਿਆਦਾ ਰੱਖੋ ਜੜਨ ਤੋਂ ਬਾਅਦ ਪਹਿਲਾਂ ਫਿਰ ਉਸ ਤੋਂ ਬਾਅਦ ਵਿੱਚ ਜਿਹੜੀ ਬਾਦ ਘੱਟ ਹੋਊਗੀ ਉਹਨੂੰ ਆਪਾਂ ਨੇ ਕਟਿੰਗ ਕਰ ਦੇਣੀ ਹੈ ਠੀਕ ਆ 2 ਇੰਚ ਜ਼ਿਆਦਾ ਪੱਟ ਰੱਖ ਲਓ ਚਾਹੇ 1 ਇੰਚ ਜ਼ਿਆਦਾ ਰੱਖ ਲਓ ਫਿਰ ਵੱਧ ਦਾ ਘੱਟਦਾ ਨਹੀਂ ਹੈਗਾ ਕੱਪੜਾ ਠੀਕ ਆ ਤੇ ਜੇ ਆਪਾਂ ਪੂਰਾ ਪੂਰਾ ਰੱਖ ਲਿਆ ਫਿਰ ਥੋੜੇ ਪੱਟ ਘੱਟ ਜਾਣਗੇ ਤੇ ਹੁਣ ਇੱਥੇ ਤੱਕ ਤਾਂ ਆਪਾਂ ਆਵਦੀ 35 ਇੰਚ ਪੱਟਾਂ ਦੀ ਲੰਬਾਈ ਲੈ ਲਈ ਆ ਤੇ ਹੁਣ ਆਪਣੀ 6 ਇੰਚ ਮੂਰੀ ਆ ਆਪਾਂ ਬਸ ਪੱਟ ਸਾ 6 ਇੰਚ ਪੱਟ ਰੱਖਾਂਗੇ ਬਾਕੀ ਕੁੰਦੇ ਲੱਗ ਜਾਣੇ ਆ 6 ਇੰਚ ਪੱਟ ਫੋਲਡ ਕਰੇ ਹੋਏ ਰੱਖਾਂਗੇ ਤੇ ਹੁਣ ਆਪਾਂ ਇਥੋਂ ਇਸ ਸਿੱਧਾ ਹੀ ਪਿਆ ਨਾ ਦੇਖੋ ਕਪੜਾ ਇਦਾਂ ਫੋਲਡ ਕਰਿਆ ਪਿਆ ਨਾ ਕਪੜਾ ਨਾਲ ਹੀ ਇਹਦੇ ਨਾਲੋਂ ਆਪਾਂ ਸਲਵਾਰ ਦੀ ਕਟਿੰਗ ਕਰੀ ਆ ਇਹ ਇਦਾਂ ਹੀ ਫੋਲਡ ਪਿਆ ਹੁਣ ਆਪਾਂ ਨੇ ਇਦਾਂ ਹੀ ਫੋਲਡ ਚੋਂ ਇਦਾਂ ਇਥੋਂ 12 ਇੰਚ 6 ਇੰਚ ਹੈਗੇ ਮੂਰੀ ਆਪਾਂ 12 ਇੰਚ ਇੱਥੇ ਪੱਟਾਂ ਦੀ ਨਿਸ਼ਾਨੀ ਲਾ ਲੈਣੀ ਆ ਠੀਕ ਆ ਆ ਦੇਖੋ ਇਹ ਇਥੋਂ ਆਪੇ ਆ ਪੱਟਾਂ ਦੀ ਕਟਿੰਗ ਕਰ ਦੇਣੀ ਆ ਇੱਥੇ ਤੱਕ ਠੀਕ ਆ ਇਧਰ ਸਲਵਾਰ ਦਾ ਕੱਪੜਾ ਸੀ ਇਦਾਂ ਨਿਕਲ ਗਿਆ ਇੱਥੋਂ ਤੱਕ ਤੱਕ ਸਲਵਾਰ ਦੀ ਕਟਿੰਗ ਹੋ ਜਾਣੀ ਆ ਤੇ ਇੱਥੋਂ ਤੇ ਆਪਾਂ ਆਪਦੇ 35 ਇੰਚ ਪੱਟ ਰੱਖ ਲਏ ਤੇ 33 ਇੰਚ ਹੀ ਚਾਹੀਦੇ ਨੇ ਆਪਾਂ ਨੂੰ ਤੇ ਆਪਾਂ ਨੇ 2 ਇੰਚ ਜ਼ਿਆਦਾ ਰੱਖ ਲਏ ਨੇ ਤੇ ਇਧਰੋਂ 12 ਇੰਚ ਚੜਾਈ ਰੱਖ ਲਈ ਆ ਦੋ ਪੱਟ ਬਣ ਗਏ ਕਿਉਂਕਿ ਆਪਣਾ ਫੋਲਡ ਕਰਿਆ ਪਿਆ ਇਹੇ ਆਪਾਂ ਨੇ ਇਦਾਂ ਫੋਲਡ ਕਰਕੇ ਨਾ ਇਦਾਂ ਕਟਿੰਗ ਕਰਨ ਤੋਂ ਬਾਅਦ ਆਪਾਂ ਇਦਾਂ ਫੋਲਡ ਕਰਕੇ ਦੋ ਕੁੰਦੇ ਨੇ ਇਹ ਦੋਨੇ ਉਹ ਜਿਹੜੇ ਆਪਣੇ ਕੁੰਦੇ ਜੋੜੇ ਹੋਏ ਹੋਣਗੇ ਉਹਨਾਂ ਦੇ ਮੂਰੇ ਆਪਾਂ ਨੇ ਇਹਨਾਂ ਨੂੰ ਪੱਟਾਂ ਨੂੰ ਹੁਣ ਆਪਾਂ 35 ਇੰਚ ਆਪਣਾ ਕਪੜਾ ਇਹ ਨਿਕਲ ਗਿਆ 40 ਇੰਚ ਦਾ 1 ਮੀਟਰ ਹੁੰਦਾ ਤੇ ਹੁਣ ਆਹ ਦੇਖੋ ਹੁਣ ਇਧਰੋਂ ਬਚ ਗਈ ਆਪਣੇ ਜਿਹੜਾ ਆ ਇਧਰੋਂ ਫੋਲਡ ਸਾਈਡ ਤੋਂ ਇਹ ਕਿੰਨਾ ਬਚ ਗਿਆ ਲੈ ਆ ਆਪਣਾ ਹੁਣ ਕਿਉਂਕਿ ਦੀਦੀ ਦਾ ਤਾਂ ਆਪਾਂ ਨਾ ਜ਼ਿਆਦਾ ਹਦੂ ਜ਼ਿਆਦਾ ਹੀ ਬਚ ਗਿਆ ਹੋਊਗਾ ਤੇ ਹੁਣ ਆਪਣਾ ਇਹੇ ਇੱਥੋਂ ਤੇ ਲੈ ਕੇ ਤੇ ਨਾਲੇ ਜਿਹੜਾ ਆਪਾਂ ਮੈਂ ਐਸ ਲੋਟ ਕਟਿੰਗ ਕਰੀ ਹੈ ਨਾ ਇਸ ਸਲਵਾਰ ਦੀ ਇਦਾਂ ਫੋਲਡ ਕਰਕੇ ਦੀਦੀ ਤਾਂ 45 ਇੰਚ ਪਾਣਾ ਵਾ ਉਹ ਤਾਂ ਵਧੀਆ ਖੁੱਲੀ ਡੁੱਲੀ ਭਾਰੀ ਸਲਵਾਰ ਬਣ ਜੂਗੀ ਤੇ ਕਿਉਂਕਿ 20 ਇੰਚ 벨ਟ ਆ ਇਸ ਕਰਕੇ 20 ਇੰਚ 벨ਟ ਦੇ ਨਾਲ ਤਾਂ ਇਸ ਹਿਸਾਬ ਨਾਲ ਫੋਲਡ ਕਰਕੇ ਬਹੁਤ ਵਧੀਆ ਸਲਵਾਰ ਬਣੂਗੀ ਤੇ ਹੁਣ ਆ ਦੇਖੋ ਹੁਣ ਆਪਾਂ 8 ਇੰਚ 벨ਟ ਲੈ ਲੈਣੀ ਆ ਇਧਰੋਂ ਚੜਾਈ ਕਰ ਲੈਣੀ ਆ ਤੇ ਦੀਦੀ ਦਾ ਥੋੜਾ ਕਪੜਾ 4 ਇੰਚ ਜ਼ਿਆਦਾ ਵਧੂ ਵਧੂਗਾ ਇਦਾਂ ਤੇ ਇਹ ਤਾਂ ਫੋਲਡ ਕਰਿਆ ਹੈ ਤਾਂ ਫਿਰ 2 ਇੰਚ ਵਧੂਗਾ ਫੋਲਡ ਕਰਿਆ ਹੈ 2 ਇੰਚ ਵਧੂਗਾ ਤੇ ਉਹਦੀ 2 ਇੰਚ ਦੀ ਆਪਾਂ ਨੇ ਇਹ ਤੇ ਪਹਿਲਾਂ ਉਧਰੋਂ ਫੋਲਡ ਸਾਈਡ ਤੋਂ ਇਦਾਂ ਲਾ ਕੇ 8 ਇੰਚ 벨ਟ ਦਾ ਲਾ ਲੈਣਾ ਤੇ ਉਹ ਜਿਹੜਾ 2 ਇੰਚ ਇੱਧਰ ਆ ਤਾਂ ਆਪਣੇ ਪੱਟ ਕਟਿੰਗ ਕਟਿੰਗ ਹੋ ਜਾਣੇ ਆ ਪੱਟ ਤੇ ਫਿਰ ਇਧਰੋਂ ਆਪਾਂ 벨ਟ ਲਾਵਾਂਗੇ ਜਦੋਂ ਫਿਰ 2 ਇੰਚ ਇੱਥੋਂ ਇਦਾਂ ਬਚ ਜੂਗੀ ਪੱਟੀ ਠੀਕ ਆ ਆਪਾਂ ਨੇ ਇਧਰੋਂ ਹੁਣ ਇੱਥੇ ਤੱਕ ਤਾਂ ਆਪਣਾ ਸਲਵਾਰ ਦਾ ਕਪੜਾ ਨਿਕਲ ਗਿਆ ਹੁਣ ਇੱਥੋਂ ਤੇ ਆਪਾਂ ਨੇ ਆਪਦੀ 벨ਟ ਲਾਉਣੀ ਆ 8 ਇੰਚ ਨੀਚੇ ਨੂੰ ਚੜਾਈ ਲਾ ਲੈਣੀ ਆ ਤੇ ਪੌਣਾ ਕੈਂਚ ਬਲਾਂ ਚ ਖੁੱਲੇ ਡੁੱਲੇ ਦੇਣੇ ਆ ਕਿਉਂਕਿ ਬਲ ਨਿਕਲ ਨਾ ਜਾਣ ਤੇ ਆਪਾਂ 7/2 ਇੰਚ ਨੇਫੇ ਚ ਮੋੜਾਂਗੇ ਠੀਕ ਆ ਇੱਥੇ ਤੱਕ ਆਪਣਾ ਕਪੜਾ ਇੱਧਰ ਕੁੰਦਿਆਂ ਚ ਖੱਪਤ ਹੋਇਆ ਹੋਇਆ ਤੇ ਹੁਣ ਆਪਣਾ ਇੱਥੋਂ ਤੇ 20 ਇੰਚ ਆਪਾਂ ਨੇ 벨ਟ ਤਿਆਰ ਰੱਖਣੀ ਆ ਤੇ ਆਪਾਂ ਹੁਣ 21 ਇੰਚ ਆ ਦੇਖੋ ਇੱਥੋਂ ਤੇ ਲੈ ਕੇ ਇੱਥੇ ਤੱਕ ਕਪੜਾ ਆਪਣਾ ਕਟਿੰਗ ਹੋਇਆ ਹੋਇਆ ਕੁੰਦਿਆਂ ਚ ਹੁਣ ਇੱਥੋਂ ਤੇ ਲੈ ਕੇ ਆਪਾਂ ਨੇ ਆਪਦੀ 21 ਇੰਚ 벨ਟ ਰੱਖ ਲੈਣੀ ਆ ਕਿਉਂਕਿ 20 ਇੰਚ ਤਿਆਰ ਆ ਤੇ ਅੱਧਾ ਅੱਧਾ ਇੰਚ ਆਪਾਂ ਜਦੋਂ ਇਹਦੇ ਸਾਈਡਾਂ ਤੇ ਸੀਣਾ ਲਾਵਾਂਗੇ ਨਾ ਇਹਨੂੰ ਜੜਨ ਲਈ ਇਧਰੋਂ ਵੀ ਆਪਾਂ ਫੋਲਡ ਸਾਈਡ ਦੀ ਕਟਿੰਗ ਕਰਦਾਂਗੇ ਉੱਪਰੋਂ ਫੋਲਡ ਸਾਈਡ ਦੀ ਕਟਿੰਗ ਕਰਦਾਂਗੇ ਤੇ ਇਧਰੋਂ ਫੇਰ ਜਦੋਂ ਆਪਾਂ ਇਹ ਜਦ ਬੈਲਟ ਚੜਾਂਗੇ ਇਧਰ ਵੀ 1/2 ਇੰਚ ਦੀ ਸੀਨ ਆਊਗੀ 1/2 ਇੰਚ ਦੀ ਇਧਰ ਸੀਨ ਆਊਗੀ 1 ਇੰਚ ਪੂਰਾ ਹੋਏ ਨਾ 21 ਇੰਚ ਦੀ ਆਪਾਂ ਨੇ ਸਲੋਟ ਨੂੰ ਲੰਬਾਈ ਲੈ ਲੈਣੀ ਆ 8 ਇੰਚ نیچے ਨੂੰ ਬੈਲਟ ਦੀ ਚੜਾਈ ਲੈ ਲੈਣੀ ਆ ਠੀਕ ਐ ਇਦਾਂ ਕਰਕੇ ਆਪਣੀ ਬੈਲਟ ਕੱਢ ਲੈਣੀ ਆ ਤੇ ਹੁਣ ਕੀ ਹੋ ਗਿਆ ਆਪਣੇ ਪੱਟ ਵੀ ਹੋ ਗਏ ਦੇਖੋ ਇਧਰੋਂ ਇਧਰੋਂ ਪੱਟ ਕੱਢ ਲੇ ਉਹ ਇਹਦੇ ਨਾਲੋਂ ਆਪਾਂ ਨੇ ਬੈਲਟ ਕੱਟ ਲਈ ਇਹ ਵੀ ਪੂਰਾ ਹੋ ਗਿਆ ਹਨ ਤੇ ਆਪਣੇ ਕੁੰਦੇ ਵੀ ਪੂਰੇ ਤੇ ਜਿਹੜੇ ਹੁਣ ਆਪਾਂ ਨੇ ਆ ਕੁੰਦੇ ਕਟਿੰਗ ਕਰੇ ਨੇ ਇਹ ਆਪਾਂ ਇਹਦੇ ਮੂਰੇ ਪੱਟ ਝੜ ਦੇਣੇ ਆ ਤੇ ਹੁਣ ਆਪਣੀਆਂ ਰਹਿਗੀਆਂ ਬਾਵਾਆਂ ਜਿਹੜੀ ਪਲਵਾਵਾ ਨੇ ਉਹ ਤਾਂ ਆਪਾਂ ਕਮੀਜ਼ ਦੇ ਵਿੱਚੋਂ ਹੀ ਕੱਢ ਦੇਣੀਆਂ ਨੇ ਤੇ ਹੁਣ ਆਪਾਂ ਇਸ ਤੋਂ ਅੱਗੇ 3 ਮੀਟਰ 9 ਇੰਚ ਤੋਂ ਮਗਰੋਂ 35 ਇੰਚ ਦੇ ਆਪਣੇ ਪੱਟ ਹੋਗੇ ਆਪਾਂ 2 ਇੰਚ ਜ਼ਿਆਦਾ ਹੀ ਰੱਖੇ ਨੇ ਬਾਅਦ ਵਿੱਚ ਉੱਪਰ ਝੜਨ ਤੋਂ ਬਾਅਦ ਉੱਪਰਲੇ ਪਾਸਿਓਂ ਕਟਿੰਗ ਹੋ ਜਾਊ ਮੂਰੀ ਕੰਨੀਓਂ ਝੜ ਕੇ ਲੈ ਕੇ ਜਾਣੇ ਆ ਤੇ 35 ਇੰਚ ਆਪਣੇ ਪੱਟ ਹੋਗੇ ਹੁਣ ਆਪਣੇ ਕੋਲੇ ਕਿੰਨਾ ਹੋ ਗਿਆ 35 ਦੇ ਵਿੱਚ ਆ 9 ਇੰਚ ਪਾਈਏ 44 ਇੰਚ ਹੋ ਗਿਆ 44 ਦੇ ਵਿੱਚੋਂ 3 ਮੀਟਰ ਆ ਹੋ ਗਿਆ ਤੇ ਚਾਹ ਜਿਹੜਾ 44 ਇੰਚ ਆ ਮੈਂ ਇੱਥੇ ਲਿਖਦੀ ਆ ਪਹਿਲਾਂ ਆ ਦੇਖੋ 35 ਇੰਚ ਦੇ ਵਿੱਚ ਆ 9 ਇੰਚ ਆ ਜਿਹੜਾ ਆਹ ਵਾਲਾ 6 ਤੇ 3 9 ਤੇ ਆ ਹੋ ਗਿਆ 2 ਤੇ 1 3 ਮੀਟਰ ਆ ਹੋ ਗਿਆ 3 ਮੀਟਰ 9 ਇੰਚ ਇਹ ਹੋ ਗਿਆ ਤੇ ਹੁਣ ਆਪਾਂ 35 ਇੰਚ ਆ 9 ਆ ਜਿਹੜਾ ਆਹ ਵਾਲਾ ਇਹ 35 ਚ ਜੋੜਾਂਗੇ ਬਾ 44 ਇੰਚ ਹੋ ਗਿਆ 44 ਇੰਚ 44 ਦੇ ਵਿੱਚੋਂ 1 ਮੀਟਰ ਹੋ ਆਹ ਵਾਲਾ ਸਲਵਾਰ ਇਹਦਾ ਪੱਟਾਂ ਦੇ ਵਿੱਚ ਹੋ ਗਿਆ 4 ਇੰਚ ਬਚ ਗਿਆ 40 ਇੰਚੇ ਚੋਂ ਕੱਢ ਲਿਆ ਆਪਾਂ ਨੇ ਤੇ 1 ਮੀਟਰ ਹੋਰ ਹੋ ਗਿਆ ਹੁਣ ਆਪਣੇ ਕੋਲ 4 ਮੀਟਰ ਹੋ ਗਿਆ 4 ਮੀਟਰ ਤੇ ਆ ਜਿਹੜਾ ਮਗਰ ਬਚ ਗਿਆ ਆਪਣੇ ਕੋਲੇ 4 ਇੰਚ 4 ਮੀਟਰ 4 ਇੰਚ ਕਪੜਾ ਆਪਣਾ ਆਪਣਾ ਖਾਪਤ ਹੋਇਆ ਵਾ 4 ਮੀਟਰ 4 ਇੰਚ ਦੇ ਵਿੱਚ ਵਿੱਚ ਆਪਣਾ ਸੂਟ ਬਣ ਗਿਆ ਵਾ ਠੀਕ ਆ ਆਪਾਂ ਨੂੰ ਖੁੱਲਾ ਡੁੱਲਾ ਆਰਾਮ ਦੇ ਨਾਲ ਬਣ ਜਾਣਾ ਤੇ ਦੀਦੀ ਦਾ ਪਣਾ ਵੀ 45 ਇੰਚ ਤੇ ਇਸ ਕਰਕੇ ਉਹਦੇ ਵਿੱਚ ਤਾਂ ਆਰਾਮ ਨਾਲ ਖੁੱਲੀ ਡੁੱਲੀ ਸਲਵਾਰ ਬਣੂਗੀ ਦਾ ਫੋਲਡ ਕਰੀ ਹੋਈ ਦੂਰੀ ਕਰੀ ਹੋਈ ਵੀ ਤੇ ਹੁਣ ਆਪਣੇ ਕੋਲੇ ਕਮੀਜ਼ ਦੇ ਨਾਲੋਂ ਜਿਹੜਾ ਬਚਿਆ ਹੋਇਆ ਕੱਪੜਾ ਮੈਂ ਉਹਦੀਆਂ ਬਾਹਵਾਂ ਦੀ ਵੀ ਦੱਸਦੀ ਆ ਹੁਣ ਆਪਣਾ ਕਮੀਜ਼ ਚੋਂ ਬਚਿਆ ਹੋਇਆ ਕੱਪੜਾ ਤੇ ਇਹ ਮੇਰਾ 1.59 ਬਚਿਆ ਹੋਇਆ ਦੀਦੀ ਦੇ ਕੋਲੇ 1.23 23 ਇੰਚ ਕੱਪੜਾ ਬਚਿਆ ਹੋਇਆ ਤੇ ਆਪਾਂ ਨੇ ਹੁਣ ਦੇਖੋ ਇਦਾਂ ਨਾਲੋਂ ਕਮੀਜ਼ ਦੇ ਨਾਲੋਂ ਇਦਾਂ ਹੀ ਕਰ ਲਾਹਿਆ ਸੀ ਨਾ ਫੋਲਡ ਸਾਈਡ ਇਦਾਂ ਕਮੀਜ਼ ਦੇ ਨਾਲੋਂ ਇਦਾਂ ਹੀ ਪਿਆ ਨਾ ਇਹ ਇਦਾਂ ਫੋਲਡ ਕਰਿਆ ਤੇ ਇਹ ਦੇ ਹੁਣ ਆਪਾਂ ਇਧਰ ਫੋਲਡ ਸਾਈਡ ਤੋਂ ਇਧਰਲੀ ਸਾਈਡ ਤੇ ਆ ਜਣ ਆ ਜਿੱਧਰੋਂ ਖੁੱਲੀ ਸਾਈਡ ਆ ਇਹ ਥੋੜੇ ਵੀ ਇਦਾਂ ਹੀ ਨਾਲ ਉਹ ਬਚਿਆ ਪਿਆ ਹੋਊਗਾ ਤੇ ਹੁਣ ਤੁਸੀਂ ਇਹਦਾ ਕੀ ਕਰਨਾ ਇਹਨੂੰ ਇਦਾਂ ਕਰਕੇ ਨਾ ਆ ਮੇਰੇ ਪਹਿਲੇ ਨਿਸ਼ਾਨੀ ਜੇ ਲੱਗੇ ਹਨ ਮੈਂ ਦੂਜੀ ਸਾਈਡ ਲੈਣੀ ਆ ਮੈਂ ਕੱਪੜਾ ਹੁਣ ਸਿੱਧਾ ਕਰ ਲਿਆ ਤੁਸੀਂ ਤਾਂ ਬਸ ਪੁੱਠੇ ਦੇ ਉਦਾਂ ਹੀ ਪਏ ਤੇ ਨਿਸ਼ਾਨੀ ਲਾਉਣੀ ਆ ਆ ਦੇਖੋ ਹੁਣ ਆਪਾਂ ਨੇ ਇਧਰਲੀ ਸਾਈਡ ਖੁੱਲੀ ਸਾਈਡ ਆ ਜਿੱਥੇ ਮੈਂ ਆਪਾਂ ਕਮੀਜ਼ ਕੱਟਿਆ ਸੀ ਤੇ ਇਧਰੋਂ ਆਹ ਬੜੀ ਫੋਲਡ ਸਾਈਡ ਆ ਇੰਨੇ ਚੋਂ ਆਪਾਂ ਕਮੀਜ਼ ਕੱਟਿਆ ਸੀਗਾ ਨਾ ਤੇ ਹੁਣ ਆਪਾਂ ਨੇ ਕੀ ਕਰਨਾ ਇਧਰ ਨੂੰ ਕੱਪੜਾ ਕਿਉਂਕਿ ਦੀਦੀ ਕੋਲ ਤਾਂ ਇਹ ਵੱਧਦਾ ਹੀ ਆ ਕਪੜਾ ਇਧਰੋਂ ਇਹ ਆਰਾਮ ਨਾਲ ਮੋਡੇ ਆਰਾਮ ਨਾਲ ਨਿਕਲੇ ਹੋਣੇ ਕਿਉਂਕਿ 17 ਇੰਚ ਛਾਤੀ ਆ ਉਹਦੀ ਮੋਡੇ ਵੀ ਆਪਾਂ 5/8 ਇੰਚ ਹੀ ਰੱਖਾਂਗੇ ਠੀਕ ਆ ਆਹ ਵਾਲਾ ਹੁਣ ਹੋ ਗਿਆ ਆਪਣਾ ਇਦਾਂ ਕਪੜਾ ਫੋਲਡ ਕਰ ਲੈਣਾ ਦੇਖ ਲਿਆ ਦੇ ਇਧਰੋਂ ਜਿੱਧਰ ਆਪਣਾ ਕਮੀਜ਼ ਵਾਂਗੂ ਖੁੱਲੀ ਸਾਈਡ ਆ ਆ ਦੇਖੋ ਇਹਦੇ ਨਾਲ ਬਚਿਆ ਹੈ ਕਪੜਾ ਨਾਲੋਂ ਕਮੀਜ਼ ਦੇ ਨਾਲ ਬਚਿਆ ਜਿਹੜਾ ਆਪਾਂ ਪਰੇ ਧਰਤਾ ਸੀ ਉਹ ਹੁਣ ਆਇਆ ਵਾ ਨਾਲੋਂ ਉਹਨੂੰ ਹੁਣ ਆਪਾਂ ਇਧਰਲੀ ਸਾਈਡ ਤੋਂ ਜਿਹੜੀ ਖੁੱਲੀ ਸਾਈਡ ਆ ਇਹ ਮੈਂ ਫੋਲਡ ਸਾਈਡ ਇਧਰ ਤਾਂ ਕੱਢ ਦੇਣੀ ਹੁੰਦੀ ਆ ਇਹ ਇਦਾਂ ਦਾ ਇਦਾਂ ਕਪੜਾ ਕੰਮ ਤੇ ਇਹ ਪੌਦਰਾ ਫੋਲਡ ਸਾਈਡ ਤੋਂ ਨਹੀਂ ਕਰਨਾ ਹੈਗਾ ਇਦਾਂ ਇਦਾਂ ਲੈ ਲੈਣਾ ਇਹਨੂੰ ਆਪਾਂ ਨੇ ਇਦਾਂ ਕਰਕੇ ਫੋਲਡ ਕਰ ਲੈਣਾ ਇਹ ਹੁਣ ਦੋ ਪਾਵਾਂ ਦਾ ਆਪਣਾ ਕੱਪੜਾ ਨਿਕਲਿਆ ਹੋਣਾ ਜਦੋਂ ਤੁਸੀਂ ਇਦਾਂ ਹੀ ਪਏ ਨੂੰ ਇਦਾਂ ਫੋਲਡ ਕਰ ਲਿਆ ਨਾ ਤੇ ਇੱਧਰ ਨੂੰ ਹੁਣ ਤੁਹਾਡੇ ਕੋਲੇ ਕੱਪੜਾ ਤੁਹਾਡੇ ਕੋਲ ਜ਼ਿਆਦਾ ਬਚ ਗਿਆ ਹੋਊਗਾ ਤੇ ਇਹ ਕੱਪੜਾ ਮੇਰੇ ਕੋਲੇ 9 ਪਾ 9 ਇੰਚ ਆਰਾਮ ਨਾਲ ਇਹਦੇ ਚੋਂ ਮੋਡਾ ਨਿਕਲਿਆ ਹੋਣਾ ਹੁਣ ਆਪਾਂ ਇਹਦੀ ਕਿਵੇਂ ਇਹਦੀ ਬਾਜੂ ਦੀ ਕਟਿੰਗ ਕਿਵੇਂ ਕਰਨੀ ਆ ਉਹ ਵੀ ਮੈਂ ਤੁਹਾਨੂੰ ਨਿਸ਼ਾਨੀ ਲਾ ਕੇ ਦੱਸ ਦਿੰਨੀ ਆ ਆ ਦੇਖੋ ਦੀ ਕਿਹਾ ਸੀ ਵੀ ਕਿਤਾਂ ਬਾਵਾ ਕਿੱਥੋਂ ਕੱਢਣੀਆਂ ਨੇ ਕਮੀਜ਼ ਨਾਲੋਂ ਬਚਿਆ ਹੋਇਆ ਕੱਪੜਾ ਪਿਆ ਉਹਨੂੰ ਆਪਾਂ ਐਸ ਲੋਟ ਨੂੰ ਫੋਲਡ ਕਰ ਲਿਆ ਕੰਨੀਆਂ ਦੇ ਦੇਖੋ ਐਸ ਲੋਟ ਨੂੰ ਲੰਬਾਈ ਲੈਣੀ ਆਪਾਂ ਨੇ ਆਹ ਕੰਨੀਆਂ ਇੱਧਰ ਜੋੜੀਆਂ ਹੋਈਆਂ ਨੇ ਨਾ ਪਹਿਲਾਂ ਆਪਾਂ ਨਾਲ ਤੋਂ ਜਿਵੇਂ ਕੱਪੜਾ ਲਿਆ ਸੀ ਐਵੇਂ ਹੀ ਪਿਆ ਸੀ ਇਹਨੂੰ ਆਪਾਂ ਇੱਧਰ ਨੂੰ ਫੋਲਡ ਕਰ ਲਿਆ ਫੋਲਡ ਕਰਕੇ ਇਦਾਂ ਆਪਾਂ ਨੇ ਸੈੱਟ ਕਰਕੇ ਰੱਖ ਲੈਣਾ ਤੇ ਹੁਣ ਦੇਖੋ 1.5 ਇੰਚ ਆਪਾਂ ਨੇ ਮੂਹਰੋਂ ਮੂਰੀ 모ੜਨ ਦਾ ਛੱਡ ਦੇਣਾ 1.5 ਇੰਚ ਠੀਕ ਆ ਫਿਰ ਇਸ ਤੋਂ ਅੱਗੇ 15 ਇੰਚ ਦੀ ਨੇ ਬਾਹ ਦੀ ਲੰਬਾਈ ਦੱਸੀ ਸੀ ਸੀ ਆ ਦੇਖੋ 15 ਇੰਚ ਬਾਹਾਂ ਦੀ ਲੰਬਾਈ ਅੱਧਾ ਇੰਚ ਆਪਾਂ ਸਲਾਈ ਦਾ ਲੈ ਲਿਆ ਠੀਕ ਹੈ ਇੱਥੇ ਤੱਕ 15 ਇੰਚ ਇਸ ਤੋਂ ਅੱਗੇ ਅੱਧਾ ਇੰਚ ਸਲਾਈ ਦਾ ਠੀਕ ਹੈ ਇੱਥੋਂ ਆਪਣਾ ਕਪੜਾ ਮੂਹਰੋਂ ਬਿਲਕੁਲ ਸਿੱਧਾ ਕਰ ਲੈਣਾ ਤੇ ਫਿਰ ਆਪਾਂ ਨੇ 1.5 ਇੰਚ ਦੀ ਆਹ ਆ ਲਾਉਣੀ ਆ ਆ 1.5 ਇੰਚ ਆਪਣੀ ਹੋਗੀ ਆ ਵਾਲੀ ਜਿਹੜੀ ਮੂਰੀ ਮੋੜਨੀ ਆਪਾਂ ਨੇ ਮੂਹਰੋਂ ਇੱਥੇ ਤੱਕ ਠੀਕ ਹੈ ਤੇ ਇਸ ਤੋਂ ਅੱਗੇ ਆਪਾਂ ਦੀ 15 ਇੰਚ ਲੰਬਾਈ ਲੈ ਲਈ ਤੇ ਹੁਣ ਆ ਸਾਰਾ ਕਪੜਾ ਦੇਖੋ ਕਿੰਨਾ ਹੋ ਗਿਆ ਇਹ ਆ ਦੇਖੋ ਇੱਥੋਂ ਦੇ ਅਨਸਾਰ ਆ ਮੋਰੀ ਤੋਂ ਮੋੜਨ ਨਾਲ ਆ ਵੀ ਵਿੱਚ ਲਾ ਕੇ ਸਾਰਾ 17 ਇੰਚ ਆਪਣੇ ਕੋਲ ਕਪੜਾ ਹੋ ਗਿਆ ਠੀਕ ਹੈ ਅੱਧਾ ਇੰਚ ਇਹ 1.5 ਇੰਚ ਮੋਰੀ ਵਾਲਾ ਤੇ ਇਹ ਹੋ ਗਿਆ ਆਪਣਾ 15 ਇੰਚ ਲੰਬਾਈ ਪੂਰੀ 17 ਇੰਚ ਹੋ ਗਿਆ ਹੁਣ ਪੂਰੇ 17 ਇੰਚ ਇਦਾਂ ਹੀ ਨੀਚੋਂ ਇਧਰੋਂ ਇਧਰੋਂ ਫੋਲਡ ਕਰਿਆ ਹੋਇਆ ਆਪਣਾ 17 ਇੰਚ ਇਦਾਂ ਆਪਣਾ ਇੱਥੇ ਨਿਸ਼ਾਨੀ ਲਾ ਲੈਣੀ ਹੈ ਜਿਹੜੀ ਸਿਹਰ ਚ 17 ਇੰਚ ਤੇ ਆ ਦੇਖੋ ਇੱਥੋਂ ਤੇ ਲੈ ਕੇ ਪੂਰੀ 17 ਇੰਚ ਨਿਸ਼ਾਨੀ ਲਾ ਕੇ ਆਪਾਂ ਇਹਦਰ ਸਿੱਧੀ ਕਰ ਲਈਆ ਠੀਕ ਹੈ ਇਹ ਪੌਣੀ ਬਾਜੂ ਆ ਅਰ ਇੱਥੇ ਤੱਕ ਆਪਣੀ ਬਾਜੂ ਬਣ ਜਾਣੀ ਆ ਇਹ ਕਮੀਜ਼ ਚੋ ਬਚੇ ਹੋਏ ਨਾਲੋਂ ਕੱਪੜੇ ਦੀ ਤੇ ਆਪਾਂ ਨੇ ਹੁਣ ਇਹ ਪੌਣੀ ਬਾਜੂ ਆ ਆਪਾਂ ਨੇ 3.5 ਦੀ ਆ ਦੇਖੋ 3.5 ਦੀ ਇੱਥੋਂ ਆ ਤਰ ਲੈਣਾ 3.5 ਦੇ ਉੱਤੇ ਆ ਇਹਦੇ ਨਿਸ਼ਾਨੀ ਤੇ ਇੱਥੇ ਨਿਸ਼ਾਨੀ ਲਾ ਲੈਣੀ ਆ ਕਿੱਥੇ ਲਾਉਣੀ ਆ ਦੇਖੋ ਆ ਮੂਰੀ ਇੱਧਰ ਮੂਰੀ ਆ ਇਧਰੋਂ ਜਿਹੜੀ ਆਪਾਂ ਨੇ ਆ ਵਾਧੂ ਦੀ 1/2 ਇੰਚ ਰੱਖਿਆ ਸੀ ਇਹਦੇ ਤੱਕ ਆਪਾਂ ਨੇ ਸਿੱਧੀ ਕਰ ਰਹੀ ਆ ਬਾਜੂ ਕਿਉਂਕਿ ਆਪਾਂ ਨੂੰ ਇੱਥੇ ਤੱਕ ਕੱਪੜਾ ਚਾਹੀਦਾ ਬਾਜੂ ਦਾ ਬਸ ਤੇ ਇਸ ਤੋਂ ਅੱਗੇ ਹੁਣ ਆਪਾਂ ਨੇ 3.5 ਦੀ ਇੱਥੋਂ ਕਾਟ ਪਾ ਲੈਣੀ ਆ ਇੱਥੇ ਤੇ ਇਧਰੋਂ ਉੱਪਰੋਂ ਫੋਲਡ ਸਾਈਡ ਤੋਂ ਸਾਢੇ ਤਿੰਨ ਦੀ ਉੱਪਰੋਂ ਲਾ ਲੈਣੀ ਆ ਆਹ ਤੇ ਇਹ ਹੁਣ ਆਪਾਂ ਦੋਨੇ ਨਿਸ਼ਾਨੀਆਂ ਨੂੰ ਇਦਾਂ ਆਪਸ ਵਿੱਚ ਸਿੱਧੀਆਂ ਮਿਲਾ ਦੇਣੀਆਂ ਨੇ ਇਦਾਂ ਕਰਕੇ ਆਹ ਦੇਖੋ ਇਦਾਂ ਮਲਾਤੀ ਤੇ ਹੁਣ ਜਿਹੜੀ ਆਪਾਂ ਸਿੱਧੀ ਮਲਾਤੀ ਇੱਥੋਂ ਆਪਾਂ ਨੇ ਹਲਕੀ ਜਿਹੀ ਇਦਾਂ ਕਰਕੇ ਗੁਲਾਈ ਪਾ ਦੇਣੀ ਆ ਆਹ ਦੇਖੋ ਇੱਥੋਂ ਤੇ ਲੈ ਕੇ ਫਿਰ ਆਪਾਂ ਇਦਾਂ ਗੁਲਾਈ ਪਾ ਦੇਣੀ ਆ ਇਹ ਬਾਜੂ ਹੋ ਗਈ ਨਾ ਤੇ ਹੁਣ ਆਪਾਂ ਨੇ ਇੱਥੋਂ ਆਪਣੀ ਤਿਆਰ ਮੂਰੀ ਦੀ ਲਾ ਲੈਣੀ ਆ ਇਹ ਤੋਂ ਤਿਆਰ ਮੂਰੀ ਜਿੰਨੀ ਵੀ ਤਿਆਰ ਮੂਰੀ ਹੈਗੀ ਆ ਲਾ ਕੇ ਤੇ 1.5 ਇੰਚ ਆਪਾਂ ਨੇ ਅੱਗੇ ਹੋਰ ਕੱਪੜਾ ਰੱਖ ਲੈਣਾ ਜਿਹੜਾ ਅੰਦਰ ਰੱਖਾਂਗੇ ਜਿਹੜਾ ਅੰਦਰ ਬਾਹਰ ਰੱਖਿਆ ਆਪਾਂ ਕੱਪੜਾ ਹੋਰ ਫਿਟਿੰਗ ਵਾਲੀ ਆ ਹੋਗੀ ਜਿਹੜਾ ਆਪਾਂ ਬਾਹਰ ਕੱਪੜਾ ਰੱਖਿਆ ਉਹਦੇ ਤੋਂ ਲੈ ਕੇ ਤੇ ਜਿਹੜੀ ਆਪਾਂ ਨੇ ਆ ਨਿਸ਼ਾਨੀ ਲਾਈ ਆ ਇਹਦੇ ਤੱਕ ਆਪਾਂ ਨੇ ਇਦਾਂ ਸਿੱਧੀ ਲਾਈਨ ਲਾ ਦੇਣੀ ਆ ਆ ਦੇਖੋ ਇਦਾਂ ਇਹਦੇ ਨਾਲ ਲਾ ਦੇਣੀ ਆ ਤੇ ਹੁਣ ਆਪਾਂ ਨੇ ਇਥੋਂ ਪਹਿਲਾਂ ਆਪਦਾ ਇਦਾਂ ਕਰਕੇ ਮੋਡਾ ਮੈਣ ਲੈਣਾ 8.5 ਇੰਚ ਹੋਊਗਾ ਤੇ 12 ਇੰਚ ਛਾਤੀ ਇਥੋਂ ਤੇ ਪੂਰਾ ਮੈਣ ਕੇ 8.5 ਇੰਚ ਦੇ ਉੱਤੇ ਆਪਾਂ ਨੇ ਇੱਥੋਂ ਮੋਡੇ ਦੀ ਨਿਸ਼ਾਨੀ ਲਾ ਦੇਣੀ ਆ ਤੇ ਇੱਥੇ ਤੱਕ ਲਾ ਕੇ ਫਿਰ ਆਹ ਜਿਹੜੀ ਫੀਟਿੰਗ ਵਾਲੀ ਸੀ ਨਾ ਆਪਾਂ ਇਹਦੇ ਤੋਂ ਇਦਾਂ ਕਰਕੇ ਆਹ ਫੀਟਿੰਗ ਵਾਲੀ ਨਿਸ਼ਾਨੀ ਲਾ ਦੇਣੀ ਆ ਆ ਦੇਖੋ ਹੁਣ ਬਾਜੂ ਹੋ ਗਿਆ ਨਾ ਇਦਾਂ ਕੱਪੜਾ ਇਦਾਂ ਕਰਕੇ ਹੁਣ ਆਪਾਂ ਨੇ ਕਟਿੰਗ ਕਿੱਥੋਂ ਕਰਨੀ ਆ ਆ ਬਾਹਰਲੀ ਸਾਈਡ ਜਿਹੜੀ ਬਾਹਰ ਰੱਖਿਆ ਕੱਪੜਾ ਆ ਤਾਂ ਅੰਦਰ ਆਊ ਗਿਲ ਸੀਨ ਇਹਨਾਂ ਕੱਪੜਾ ਵਿੱਚ ਰੱਖਾਂਗੇ ਤੇ ਆ ਫਿਰ ਬਾਧੂ ਦੇ ਕੱਪੜੇ ਦੀ ਇੱਥੇ ਤੱਕ ਕਟਿੰਗ ਕਰ ਦੇਣੀ ਆ ਫਿਰ ਇਸ ਆਹ ਜਿਹੜੀ ਪਗੁਲਾਈ ਪਾਈ ਆ ਇਹਦੇ ਤੋਂ ਲੈ ਕੇ ਆਪਾਂ ਨੇ ਇਦਾਂ ਇਹਦੀ ਗੁਲਾਈ ਪਾ ਦੇਣੀ ਆ ਇੱਥੇ ਤੱਕ ਠੀਕ ਹੈ ਨਾ ਇੱਥੇ ਤੱਕ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਤੇ ਆਹ ਇਦਾਂ ਇੱਥੇ ਤੱਕ ਮੋੜਾ ਜੂ ਇਹ ਆਪਣਾ ਇੰਨਾ ਕ ਕੱਪੜਾ ਵਿੱਚ ਆ ਜਾਊਗਾ ਠੀਕ ਆ ਤੇ ਇਹ ਇਹਦੀ ਕਟਿੰਗ ਕਰ ਦੇਣੀ ਆ ਤੇ ਮੈਂ ਜਿੱਦਾਂ ਹੁਣ ਕਟਿੰਗ ਦੀਆਂ ਮੂਹਰੇ ਫਰੰਟ ਦੀ ਪੌਣੇ ਇੰਚ ਦੀ ਇਦਾਂ ਦੋਨੇ ਪਾਵਾਂ ਰੱਖ ਕੇ ਪੌਣੇ ਇੰਚ ਦੀ ਇੱਥੇ ਐ ਇਧਰੋਂ ਵੀ ਅੱਧ ਲੈ ਲੈਣਾ ਅੱਧ ਇਧਰੋਂ ਮੋੜੇ ਦਾ ਲੈ ਲੈਣਾ ਸੈਂਟਰ ਦੇ ਵਿੱਚੋਂ ਪੌਣਾ ਕੈਕ ਇੰਚ ਲਾ ਕੇ ਆਪਾਂ ਨੇ ਇਦਾਂ ਕਰਕੇ ਫਰੰਟ ਦੀ ਕਾਟ ਪਾ ਦੇਣੀ ਆ ਠੀਕ ਆ ਐਂ ਕਰਕੇ ਇਹ ਹੋ ਗਈ ਆਪਣੀ ਬਾਜੂ ਦੀ ਕਟਿੰਗ ਠੀਕ ਆ ਇਹ ਬਾਜੂ ਹੋ ਗਈ ਤੇ ਹੁਣ ਬਾਜੂ ਵੀ ਹੋ ਗਈਆਂ ਪੱਟ ਵੀ ਹੋ ਗਏ ਕੁੰਦੇ ਵੀ ਹੋ ਗਏ ਤੇ ਬੈਲਟ ਵੀ ਆਪਣੀ ਹੋ ਗਈ ਹੈ ਨਾ ਤੇ ਹੁਣ ਆਪਾਂ ਜਿਹੜੀ ਕਮੀਜ਼ ਆ ਤੇ ਆ ਆਪਣਾ ਹੁਣ ਕਮੀਜ਼ ਦਾ ਕਪੜਾ ਤੇ ਜਿਹੜਾ ਹੁਣ ਆਪਾਂ ਬਾਜੂ ਕਟਿੰਗ ਕਰਨ ਤੋਂ ਬਾਅਦ ਆਪਣੇ ਕੋਲੇ ਆ ਇੰਨਾ ਕਪੜਾ ਫੇਰ ਬਚ ਗਿਆ ਚਾਹੇ ਮੂਹਰੀਆਂ ਥੱਲੇ ਲਾਓ ਚਾਹੇ ਇਹਨੂੰ ਗਲੇ ਬਣਾਓ ਫੇਰ ਵੀ ਆਪਣੇ ਕੋਲ ਕਪੜਾ ਬਹੁਤ ਜ਼ਿਆਦਾ ਬਚ ਗਿਆ ਤੇ ਹੁਣ ਆਪਣੇ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਬਾਵਾ ਹੋ ਗਈਆਂ ਆ ਕਮੀਜ਼ ਹੋ ਗਿਆ ਆਪਣਾ ਤੇ ਕੁੰਦੇ ਹੋ ਗਏ ਪੱਟ ਹੋ ਗਏ ਪੈਤੀ ਹੋ ਗਏ ਆਹੀ ਕੁਛ ਹੁੰਦਾ ਤੇ ਜਿਹੜਾ ਬਾਕੀ ਦਾ ਬਚਿਆ ਤੇ ਉਹਦੇ ਆਪਾਂ ਗਲੇ ਗਲੇ ਦੀਆਂ ਲੀਰਾਂ ਕੱਟ ਕੇ ਲਾਉਣੀਆਂ ਨੇ ਚਾਹੀ ਗਲਾ ਦੂਜੇ ਲੋਟ ਬਣਾਉਣਾ ਆਪਾਂ ਨੇ ਸਾਰੇ ਕੰਮ ਖਰਚਾ ਵਿੱਚੋਂ ਨਿਕਲੇ ਆਊਗਾ ਆਪਣੇ ਜਿਹੜਾ ਮੜਾ ਮੁੱਟਾ ਲੋੜ ਪਊਗੀ ਤੇ ਆ ਦੇਖੋ ਹੁਣ ਆਪਣਾ ਕਮੀਜ਼ ਇਦਾਂ ਫੋਲਡ ਕਰਿਆ ਪਿਆ ਆ ਦੇ ਇਦਾਂ ਆਹ ਉਹ ਇਧਰੋਂ ਫੋਲਡ ਸਾਈਡ ਆ ਇਧਰੋਂ ਵੀ ਆਪਾਂ ਇਦਾਂ ਕਰਕੇ ਕੱਪੜਾ ਫੋਲਡ ਕਰਕੇ ਇੱਕਦਮ ਉਸ ਲੋਟ ਕਮੀਜ਼ ਰੱਖਿਆ ਸੀ ਨਾ ਆਪਣੇ ਇਦਾਂ ਤੇ ਆ ਜਿਹੜੀ ਫੋਲਡ ਸਾਈਡ ਆ ਇਹ ਮੈਂ ਜਦੋਂ ਫਿਟਿੰਗ ਦੀ ਸੀਨ ਲਾਦਨੀ ਆ ਪਾਉਣਾ ਹੁੰਦਾ ਫੇਰ ਉਦੋਂ ਬਾਅਦ ਵਿੱਚ ਇਹ ਫੋਲਡ ਦੀ ਕਟਿੰਗ ਕਰਦੀ ਨਹੀਂ ਇਹ ਇਦਾਂ ਹੀ ਰਹਿਣ ਦਿੰਦੀ ਨਹੀਂ ਆ ਇਧਰੋਂ ਫੋਲਡ ਸਾਈਡ ਤੋਂ ਪੱਲੇ ਕੱਢਦੀ ਹੁੰਦੀ ਆ ਫਿਰ ਕਾਣ ਨਹੀਂ ਆਉਂਦੀ ਐਨ ਬਿਲਕੁਲ ਸਿੱਧਾ ਹੋ ਗਿਆ ਇਧਰੋਂ ਇਦਾਂ ਕਰਕੇ ਕਾਣ ਖੂਨ ਜਿਹੜੀ ਹੁੰਦੀ ਆ ਇਧਰੋਂ ਸਾਰੀ ਨਿਕਲ ਜਾਂਦੀ ਆ ਤੇ ਹੁਣ ਆ ਦੇਖੋ ਇਧਰਲੀ ਸਾਈਡ ਫੋਲਡ ਆ ਆ ਦੇ ਇਧਰਲੀ ਸਾਈਡ ਖੁੱਲੀ ਆ ਤੇ ਹੁਣ ਆਪਾਂ ਨੇ ਇਧਰੋਂ ਫੋਲਡ ਸਾਈਡ ਤੋਂ ਤੀਰਾ ਲਾਉਣਾ ਤੇ ਹੁਣ 17 ਇੰਚ ਛਾਤੀ ਆ 17 ਇੰਚ ਛਾਤੀ ਦਾ ਆ ਦੇਖੋ 17 ਇੰਚ ਛਾਤੀ ਦਾ ਇਧਰੋਂ ਫੋਲਡ ਸਾਈਡ ਤੋਂ ਆਪਾਂ ਨੇ ਪੌਣੇ 6 ਦੇ ਉੱਤੇ ਤੀਰਾ ਲਾ ਲੈਣਾ ਆ 5.5 ਆ ਆ 6.5 ਆ 6.5 ਤੀਰਾ ਲਾ ਲੈਣਾ ਤੇ ਆਪਾਂ ਨੇ ਫਿਰ ਤੀਰੇ ਤੋਂ 1 ਇੰਚ ਜ਼ਿਆਦਾ ਆਪਾਂ ਨੇ 6.7 ਦੇ ਉੱਤੇ ਮੋੜਾ ਲਾ ਲੈਣਾ ਠੀਕ ਆ ਉੱਪਰੋਂ ਵੀ 6.5 ਇੱਥੋਂ ਵੀ 6.5 ਆ ਵਾਲਾ ਉੱਪਰ ਅਪਰ ਸ਼ੋਲਡਰ ਆ ਹਲੂਅਰ ਸ਼ੋਲਡਰ ਆ ਜਿਹੜਾ ਆਪਣਾ ਇਹ ਵੀ ਆਪਾਂ ਨੇ ਉਨਾ ਹੀ ਲੈਣਾ 6.5 ਤੇ ਆ ਦੇ 6.5 ਤੇ ਨਿਸ਼ਾਨੀ ਲਾ ਕੇ ਪਾ ਇਹਦੀ ਸੇਧ ਨਾਲ ਇੱਥੇ ਮੋਢੇ ਦੀ ਨਿਸ਼ਾਨੀ ਲਾਉਣੀ ਆ ਪੌਣੇ 7 ਠੀਕ ਆ ਆ ਵੀ ਪੌਣੇ 6 ਆ ਵੀ ਪੌਣੇ 6 ਠੀਕ ਆ ਲਾ ਕੇ ਹੁਣ ਆਪਾਂ ਮੋਢਾ ਲਾ ਲਿਆ ਪੌਣੇ 7 1 ਇੰਚ ਜ਼ਿਆਦਾ ਤੀਰੇ ਤੋਂ ਆਪਾਂ ਨੇ ਇਹਨੂੰ ਇੰਚੀ ਟੇਪ ਨਾਲ ਹੀ ਮਲਾਉਣਾ ਸਿੱਧਾ ਆ ਦੇਖੋ ਹੁਣ ਇਦਾਂ ਲਾ ਕੇ ਸਿੱਧਾ ਤੇ ਆਹ ਫੋਲਡ ਸਾਈਡ ਇਧਰੋਂ ਫੋਲਡ ਸਾਈਡ ਤੋਂ ਇਹ ਇਧਰ ਨੂੰ ਖੁੱਲੀ ਸਾਈਡ ਕੰਨੇ ਨੂੰ ਆਪਾਂ ਨੇ ਇਹਦਾ ਡੱਬਾ ਬਣਾ ਦੇਣਾ ਠੀਕ ਆ ਫਿਰ ਇਸ ਤੋਂ ਅੱਗੇ ਤੀਰਾ ਮੋਢਾ ਲਾਉਣ ਤੋਂ ਬਾਅਦ ਆਪਾਂ ਨੇ ਆਪਦਾ ਛਾਤੀ ਦਾ ਨਿਸ਼ਾਨ ਲਾਉਣਾ 17 ਇੰਚ છાતી ਆ 17 ઇંચ આ દેખો એ ਹੁਣ ફોલ્ડ ਕਰਿਆ ਪਿਆ ਆਪਾਂ 17 ઇંચ ਦਾ 8.5 ઇંચ ਦੇ ਉੱਤੇ 17 ઇંચ છાતી ਦਾ નિશાન ਲਾਤਾ ਹੁਣ ਇਸੇ છાતી ਦੇ નિશાન ਤੋਂ ਆਪਾਂ ਨੇ ਆਹ ਦੇ ਇੱਥੋਂ ਕਪਾਂ 2.5 3 2.5 ਇੰਚ ਦੀ નિਸ਼ਾਨੀ ਲਾ લેਣੀ ਆ ਇੱਥੋਂ ਤੇ ਲੈ ਕੇ ਇੱਥੋਂ ਤੇ ਲੈ ਕੇ ਆਪਾਂ 2.5 ਇੰਚ ਦੀ નિਸ਼ਾਨੀ ਲਾ ਲੈਣੀ ਆ ਇਧਰੋਂ ਉੱਪਰੋਂ ਆਹ ਦੇ 2.5 ਇੰਚ ਦੀ નિਸ਼ਾਨੀ ਲਾ ਲਈ ਇੱਥੇ ਆ ਨਿਸ਼ਾਨੀ ਲਾ ਲੈਣੀ ਆ ਇਧਰੋਂ ਆਪਣਾ ਛਾਤੀ ਦਾ ਪੁਆਇੰਟ ਹੋ ਗਿਆ ਆਪਾਂ ਨੇ ਇੱਥੇ ਤੱਕ ਜਾਨੀ ਲਾ ਕੇ ਮਲਾਉਣੀ ਆਪਾਂ ਇਹਦੇ ਨਾਲ ਤੇ ਹੁਣ ਆਪਾਂ ਇਹਦੀ ਕਾਠ ਪਾਉਣੀ ਆ ਆ ਦੇਖੋ ਪੌਣੇ ਇੱਕ 2 ਇੰਚ ਆਹ ਡੇਢ ਹੋ ਗਿਆ ਆਹ ਵਾਲਾ ਪੌਣੇ ਇੱਕ 2 ਆ ਠੀਕ ਆ ਆਹ ਕਾਰਨਰ ਦੇ ਵਿੱਚੋਂ ਪੌਣੇ ਇੱਕ 2 ਦੇ ਉੱਤੇ ਰੱਖ ਕੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਆ ਇੱਥੇ ਨਿਸ਼ਾਨੀ ਲਾ ਕੇ ਇਧਰੋਂ ਆਪਾਂ ਨੇ ਐਦਾਂ ਕਰਕੇ ਛਾਤੀ ਵਾਲੇ ਪੁਆਇੰਟ ਨਾਲ ਮਲਾ ਦੇਣਾ ਤੇ ਇਧਰੋਂ ਆਪਾਂ ਨੇ ਲਿਆ ਕੇ ਜਿਹੜਾ ਆ ਪਾਠ ਤੇ 2.5 ਇੰਚ ਦੀ ਨਿਸ਼ਾਨੀ ਲਾਈ ਆ ਇਧਰੋਂ ਇਹ ਵਾਲੇ ਪੁਆਇੰਟ ਨਾਲ ਮਿਲਾ ਦੇਣਾ ਇਹ ਇਦਾਂ ਕਰਕੇ ਆਪਾਂ ਨੇ ਆਦੀ ਗਲਾਈ ਪਾ ਦੇਣੀ ਆ ਆ ਲਓ ਇਦਾਂ ਪਤਾ ਇਸੇ ਨਿਸ਼ਾਨ ਤੋਂ ਹੁਣ ਆਪਾਂ ਨੇ ਆਹ ਵਾਲੀ ਲਾਈਨ ਤੋਂ 1 ਇੰਚ 1 ਇੰਚ ਆਪਾਂ ਨੇ ਹੋਰ ਪਾ ਦੇਣੀ ਆ ਨਿਸ਼ਾਨੀ ਲਾ ਦੇਣੀ ਆ ਦੇਖੋ 1 ਇੰਚ ਦੀ ਠੀਕ ਆ ਇਹੇ ਆਪਾਂ ਨੇ ਕਰਕੇ ਇਦਾਂ ਇੱਥੋਂ ਇਹ ਦੇ ਨਾਲ ਇਧਰ ਮਿਲਾ ਦੇਣੀ ਆ ਇੱਥੋਂ ਆਪਾਂ ਨੇ ਇਹਦੇ ਨਾਲ ਇੱਦਾਂ ਛਾਤੀ ਵਾਲੇ ਪੁਆਇੰਟ ਨਾਲ ਹੀ ਲਾ ਦੇਣੀ ਆ। ਇਹ ਆਪਣੀ ਹੋ ਗਈ ਫਰੰਟ ਦੀ ਕਾਟ। ਠੀਕ ਆ। ਤੇ ਇਹ ਆਪਾਂ ਨੇ ਹੁਣ ਜਦੋਂ ਪਹਿਲਾਂ ਆਹ ਵਾਲੀ ਪਹਿਲਾਂ ਕਟਿੰਗ ਕਰ ਦੇਣੀ ਆ ਇਹਦੀ ਤੇ ਫਿਰ ਆਪਾਂ ਨੇ ਬੈਕ ਦਾ ਬਾਹਰ ਖੰਡ ਕੇ ਫਿਰ ਕੱਲੇ ਫਰੰਟ ਦੀ ਕਟਿੰਗ ਕਰਨੀ ਆ ਠੀਕ ਆ। ਤੇ ਹੁਣ ਇੱਥੋਂ ਆਪਣਾ ਆਹ ਵਾਲੇ ਗਲੇ ਦੀ ਆਪਾਂ ਨੇ ਇੱਥੋਂ 2 ਕੈਂਚੀ ਇਹ ਰੱਖਣਾ ਵਾ। ਪੌਣੀ 1 2 ਰੱਖ ਲੋ ਚਾਹੀ ਜੇ ਮਨ ਮੋਢੇ ਜ਼ਿਆਦਾ ਟਿਕਣ ਦੀ ਪ੍ਰੋਬਲਮ ਆ ਤਾਂ ਪੌਣੀ 1 2 ਹੀ ਰੱਖ ਲੋ ਕਿਉਂਕਿ ਛਾਤੀ ਘਟਾ ਨਾਪ ਘਟਾ ਨਾ ਇਸ ਕਰਕੇ ਪੌਣੀ 2 ਵੀ ਚੱਲ ਜਾਊਗਾ ਤੇ ਵੈਸੇ 2 ਇੰਚ ਠੀਕ ਰਹੂਗਾ 2 ਇੰਚ ਆਪਾਂ ਆ ਬਰੌਡਨੈਸ ਰੱਖਣੀ ਹੈ ਇਹਦੀ ਤੇ ਫਿਰ ਹੁਣ 2 ਇੰਚ ਇਹ ਤਾਂ ਆਪਾਂ 2 ਇੰਚ ਹੀ ਰੱਖਣੀ ਆ ਵੱਧ ਤੋਂ ਵੱਧ ਜਿੰਨਾ ਮਰਜ਼ੀ ਭਾਰੀ ਨਾਪ ਆ ਜਦੋਂ 24 ਛਾਤੀ ਤੋਂ ਫਿਰ ਭਲਾਏ ਨੂੰ 2 1/2 ਇੰਚ ਕਰ ਲੋ ਤੇ ਨਹੀਂ ਇਹ 2 ਇੰਚ ਹੀ 23 24 ਛਾਤੀ ਤੱਕ 2 ਇੰਚ ਬਿਲਕੁਲ ਠੀਕ ਰਹਿੰਦਾ ਫਿਰ ਇਹ ਮੋੜੇ ਨਹੀਂ ਦੇਖਦੇ ਤੇ 2 ਇੰਚ ਉਹ ਜਿੰਨਾ ਗਲਾ نیچے ਨੂੰ ਗਲਾ ਹੈਗਾ ਉਹ ਲਾ ਕੇ ਤੇ ਉੱਪਰੋਂ ਆਪਾਂ ਨੇ 2 ਇੰਚ ਲਾਇਆ نیچےੋਂ ਆਪਾਂ ਨੇ ਇਦਾਂ 3 ਇੰਚ ਲਾ ਲਓ ਲਾਈਨ 1 ਇੰਚ ਜੀ ਜ਼ਿਆਦਾ ਲਾ ਲੋਗੇ ਫਿਰ ਤੁਸੀਂ ਇਦਾਂ ਕਰਕੇ ਇਹਦੇ ਨਾਲ ਮਿਲਾਵੋਗੇ ਫਿਰ ਇਹਦੀ ਇਦਾਂ ਕਰਕੇ ਗੁਲਾਈ ਬਹੁਤ ਸੋਹਣੀ ਪਊ ਜੇਕਰ ਬੁਖਰਾ ਵਾਲਾ ਗਲਾ ਪਾਉਣਾ ਮੈਂ ਤੁਸੀਂ ਫਿਰ ਇਹਦੀ ਕਟਿੰਗ ਬਾਅਦ ਵਿੱਚ ਕਰਨੀ ਆ ਇਦਾਂ ਗੁਲਾਈਆਂ ਪੈ ਜਾਣਗੀਆਂ ਜਿੰਨਾ ਫਰੰਟ ਦਾ ਉਹ ਲਾ ਲੈਣਾ ਤੇ ਇਦਾਂ ਕਰਕੇ ਇਦਾਂ ਫਿਰ ਇਹਦੀਆਂ ਗੁਲਾਈਆਂ ਪੈ ਜਾਣਗੀਆਂ ਤੇ ਜਿਹੜਾ ਮੈਂ ਪੌਣੇ 6 ਤੀਰਾ ਤੇ ਪੌਣੇ 7 ਦੱਸਿਆ ਇਹਦੇ ਵਿੱਚ ਤੁਸੀਂ 3.4 ਤੋਂ ਲੈ ਕੇ 6 ਇੰਚ ਤੱਕ ਡੀਪ ਗਲਾ ਕਰ ਸਕਦੇ ਹੋ ਚਾਹੇ ਬੈਕ ਦਾ ਚਾਹੇ ਫਰੰਟ ਦਾ 3.4 ਤੋਂ ਲੈ ਕੇ 6 ਇੰਚ ਤੱਕ ਡੀਪ ਕਰ ਸਕਦੇ ਹੋ ਤੁਸੀਂ ਠੀਕ ਹੈ ਤੇ ਇਸ ਤੋਂ ਅਗੇ ਜੇਕਰ ਜ਼ਿਆਦਾ 6.5 ਤੋਂ 6.5 ਵੀ ਠੀਕ ਰਹੂਗਾ 7 ਇੰਚ ਤੋਂ ਜ਼ਿਆਦਾ ਡੀਪ ਬੈਕ ਦਾ ਕਰਨਾ ਮਾ ਫਿਰ ਤੁਹਾਨੂੰ 5.5 ਤੀਰਾ ਕਰਨਾ ਪਊਗਾ ਤੇ ਆਹ ਵੀ ਬ੍ਰਾਡਨੈਸ ਵੀ ਇਹਦੀ 1.5 ਤੋਂ 1.5 ਇੰਚ ਤੇ ਆਜੂਗੀ ਫਿਰ ਆਹ ਚੀਜ਼ ਘਟਾ ਦੇਣੀ ਹੈ ਇੱਥੋਂ ਠੀਕ ਹੈ ਤੇ ਫਿਰ ਇੱਕ ਦੀਦੀ ਦਾ ਕਮੈਂਟ ਆਇਆ ਸੀ ਵੀ ਬ੍ਰਾਡਨੈਸ ਵੀ ਜ਼ਿਆਦਾ ਹੁੰਦੀ ਆ ਫਿਰ ਵੀ ਮੋਢੇ ਨਹੀਂ ਲੱਗਦੇ ਪਰ ਆਹ ਚੀਜ਼ ਤਾਂ ਘੱਟੀ ਹੁੰਦੀ ਆ ਇੱਥੋਂ 1.5 ਇੰਚ ਉਹ ਇੱਥੋਂ ਜਿੰਨੀ ਮਰਜ਼ੀ ਕਰ ਲਓ ਤੁਸੀਂ ਬ੍ਰਾਡਨੈਸ ਇਦਾਂ ਕਰਕੇ ਨਾ ਇੱਥੋਂ ਇਹ ਦੇ ਨਾਲ ਜਦੋਂ ਆਪਾਂ 1.5 ਇੰਚ ਤੇ ਮਲਾਵਾਂਗੇ ਇਹਦੀ ਆਪਾਂ ਇਦਾਂ ਗੁਲਾਈ ਪਾਵਾਂਗੇ ਨਾ ਇਦਾਂ ਪੂਰਾ ਇਹਨੇ ਫੈਲਰ ਜਾਣਾ ਜਦੋਂ ਪਾਇਆ ਹੋਊਗਾ ਉਦੋਂ ਤਾਂ ਇਹ ਪੂਰਾ ਚੌੜਾ ਲੱਗੂਗਾ ਪਾਇਆ ਹੋਇਆ ਉਦੋਂ ਨਹੀਂ ਪਤਾ ਲੱਗਣਾ ਵੀ ਇਹ 1.5 ਇੰਚੀ ਇੱਥੋਂ ਤੇ ਉਦੋਂ ਤਾਂ ਫਿਰ ਇਹ ਪੂਰਾ ਫੈਲਰਿਆ ਹੋਇਆ ਹੋਊਗਾ ਖੁੱਲਿਆ ਹੋਇਆ ਤੇ ਫਿਰ ਉਹਦੇ ਨਾਲ ਮੋਢੇ ਨਹੀਂ ਲਿਖਣੇ ਇੱਥੋਂ ਆਪਾਂ ਨੇ 1.5 ਇੰਚੀ ਕਰਨਾ ਆਹ ਚੀਜ਼ ਘਟਾ ਦੇਣੀ ਆ ਇੱਥੋਂ ਇੱਕਦਾਂ ਲੰਬੀ ਇਦਾਂ ਚੌੜਾਈ ਕਰਕੇ ਇੱਥੋਂ ਜਿੰਨਾ ਤੁਸੀਂ ਮਰਜ਼ੀ ਬਰਾਉਡ ਕਰ ਸਕਦੇ ਹੋ ਨੀਚੋਂ ਤੇ ਆਹ ਇੱਥੋਂ ਤੇ ਆਪਾਂ ਨੇ 1.5 ਇੰਚ ਰੱਖਣਾ ਜਦੋਂ ਆਪਾਂ ਜਿਆਦਾ ਬਰਾਉਡ ਕਰਨਾ ਵਾ ਤੇ ਇਦਾਂ ਕਰਕੇ ਇਦਾਂ ਗਲੇ ਹੋ ਗਏ ਤੇ ਹੁਣ 17 ਇੰਚ ਛਾਤੀ ਦੇ ਤੇ ਇਦਾਂ ਹੀ ਆਪਾਂ 6.5 ਦੇ ਉੱਤੇ ਕਮਰ ਦੀ ਨਿਸ਼ਾਨੀ ਲਾਉਣੀ ਆ ਇਸੇ ਤੋਂ ਹੀ ਆਪਾਂ ਸਾਈਡ ਵਾਲੀ ਨਿਸ਼ਾਨੀ ਲਾਵਾਂਗੇ ਇਹਦੀ ਪਲੇਟ ਦੀ ਤੇ ਆਪਾਂ ਹੁਣ ਇੱਥੋਂ ਉੱਪਰੋਂ ਇਦਾਂ ਇੱਥੋਂ ਉੱਪਰੋਂ ਰੱਖ ਕੇ 11 ਇੰਚ ਤੇ ਆਪਾਂ ਨੇ ਆ ਦੀ ਆ ਪਲੇਟ ਦੀ ਨਿਸ਼ਾਨੀ ਲਾਦਨੀ ਆ ਇਹਦੀ ਵੱਡੀ ਪਾਉਣੀ ਆ ਤੇ ਇੱਥੋਂ ਆਪਾਂ ਨੂੰ ਆਹਾ ਵਾਲੀ ਇਧਰੋਂ ਚੀਜ਼ ਆ ਜਿਹੜੀ ਰੱਖਣੀ ਆ ਇਹ ਆਪਣੀ 3 ਇੰਚੀ ਬਾਧੂ ਆ ਚਾਹੇ ਪੌਣੇ ਕਿ ਤਿੰਨ ਹੀ ਰੱਖ ਲਓ ਪੌਣੇ 1.3 ਤੇ ਲਾ ਲਓ ਫੇਰ ਕਿਉਂਕਿ ਆਹ ਚੀਜ਼ ਕਮਰ ਵੀ ਘਟਾ ਛਾਤੀ ਵੀ ਘਟਾ ਇੱਥੋਂ ਆਹ ਪੌਣੇ 1.3 ਦੀ ਆਹ ਵਾਲੀ ਇਧਰੋਂ ਫੋਲਡ ਸਾਈਡ ਤੋਂ ਡਿਸਟੈਂਸ ਹੋ ਜੂਗੀ ਤੇ ਇੱਥੋਂ ਆਪ ਉੱਪਰੋਂ ਆਪਾਂ ਨੇ ਹੁਣ 11 ਇੰਚ ਦੇ ਉੱਤੇ ਆਹ ਪਲੋਈ ਪਾ ਲਈ ਤੇ ਇਦਾਂ ਹੀ ਆਪਾਂ 2 ਇੰਚ ਹੁਣ ਆਪਾਂ ਨੇ ਆਹ ਦੇਖਾ ਕਾਰਨਰ ਤੋਂ ਰੱਖ ਲੈਣਾ ਇਹਦਾ ਸਿੱਧਾ ਕਾਰਨਰ ਤੋਂ ਆਹ ਵਾਲੀ ਪਲੇਟ ਪਾਉਣ ਨੂੰ ਆਹ ਵਾਲੇ ਪੁਆਇੰਟ ਤੋਂ ੜੀ ਉੱਪਰੋਂ ਆਪਾਂ ਪਲੇਟ ਪਾਈ ਹੈ 11 ਇੰਚ ਤੇ ਤੇ ਇਧਰੋਂ ਕਾਰਨਰ ਤੇ ਰੱਖ ਲੈਣਾ ਇੱਥੋਂ 2 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਦੇਖੋ ਆਹ 2 ਇੰਚ ਦਾ ਆ ਵੱਡੀ ਪਲੋਈ ਦੇ ਆ ਵੱਡੀ ਪਲੋਈ ਦੇ ਪੁਆਇੰਟ ਤੋਂ 2 ਇੰਚ ਦੀ ਡਿਸਟੈਂਸ ਦੇ ਕੇ ਸਿੱਧੇ ਕੋਰਨਰ ਦੇ ਨਾਲ ਆਪਾਂ ਨੇ ਇਦਾਂ ਮਲਾ ਦੇਣੀ ਆ ਤੇ ਇਧਰੋਂ ਆਪਾਂ ਸਾਈਡ ਵਾਲੀ ਪਲੇਟ ਇਦਾਂ ਹੀ ਆਪਾਂ ਜਿਹੜੀ ਕਮਰ ਦੇ ਨਿਸ਼ਾਨ ਤੇ ਲਾਇਆ ਹੈ ਕਮਰ ਦਾ ਨਿਸ਼ਾਨ ਉਸੇ ਤੋਂ ਹੀ ਆਪਾਂ ਨੇ 2 ਇੰਚ ਦੀ ਆ ਇਸੇ ਪੁਆਇੰਟ ਤੋਂ ਰੱਖ ਕੇ 2 ਇੰਚ ਦੀ ਇੱਥੇ ਨਿਸ਼ਾਨੀ ਲਾ ਕੇ ਆਪਾਂ ਨੇ ਸਿੱਧੀ ਕਮਰ ਨਾਲ ਮਲਾ ਦੇਣੀ ਆ ਠੀਕ ਆ ਇਹ ਆਪਣੀਆਂ ਹੁਣ ਹੋ ਗਈਆਂ ਪਲੇਟਾਂ ਤੇ ਬਾਕੀ ਆ ਹਿੱਪ ਦਾ ਨਿਸ਼ਾਨ ਆ ਛਾਤੀ ਵਾਲੇ ਪੁਆਇੰਟ ਤੋਂ ਆਪਾਂ ਇਹ ਪ੍ਰਾਣਾ ਨਿਸ਼ਾਨ ਲਾ ਲੈਣਾ ਇਹ ਆਪਾਂ 13 14 15 ਆਪਾਂ ਆਪਣੀ ਸਰੀਰ ਦੀ ਲੰਬਾਈ ਦੇ ਹਿਸਾਬ ਨਾਲ ਲਾ ਲੈਣਾ ਵਾ ਲਾ ਕੇ ਇਧਰੋਂ ਫਿਰ ਆਪਾਂ ਆਪਣੀ ਫੋਲਡ ਸਾਈਡ ਤੋਂ ਹਿੱਪ ਦਾ ਚੌਥਾ ਹਿੱਸਾ ਜਿਹੜਾ ਆਪਾਂ ਪੂਰੀ ਹਿੱਪ ਦਾ ਚੌਥਾ ਹਿੱਸਾ ਲਾਉਨੇ ਆ ਜਿਵੇਂ ਹੁਣ ਆਪਣੀ 18 ਇੰਚ ਹਿੱਪ ਤਾਂ ਆਉਂਦਾ 9 ਇੰਚ ਦੇ ਉੱਤੇ ਆਪਾਂ ਹਿੱਪ ਦਾ ਨਿਸ਼ਾਨ ਲਾ ਲੈਣਾ ਤੇ ਇੱਥੋਂ ਇਦਾਂ ਲਾ ਲੈਣਾ ਆਪਾਂ ਬਲੇ ਆਪਣੀ ਲੇੜ ਮੋੜ ਜਾਣਗੇ ਇਹਦੇ ਚ ਚਾਕਾਂ ਤੇ ਇਹਦੀ ਸੇਹਰ ਦੇ ਨਾਲ ਇੱਥੋਂ ਆਪਣੇ ਪੱਲੇ ਦੇ ਇਹਦੇ ਚਾਕ ਮੋੜ ਜਾਣਗੇ ਤੇ ਬਸ ਹੁਣ ਜੇ ਕੋਈ ਹਲੇ ਵੀ ਕੋਈ ਕਮੀ ਰਹੇਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੈਂ ਫਿਰ ਹੋਰ ਦੀਪ ਸਮਝਾ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਤੇ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਮਝ ਆਈ ਆ ਜਾਂ ਨਹੀਂ ਆਈ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਹਾਂਜੀ ਧੰਨਵਾਦ ਜੀ